ਬਾਲਾ ਸੁੱਟੋ ਜੀ ਗਰਾਊਂਡ ਦੇ ਵਿੱਚ ਬਾਲਾ। ਬਾਈ ਇੱਕ ਖਿਡਾਰੀਆਂ ਨੂੰ ਬੇਨਤੀ ਆ ਵੀ ਆਪਾਂ ਨੈਕਸਟ ਖਿਡਾਰੀ ਬਾਲਾਂ ਚੈੱਕ ਕਰ ਲਏਗਾ। ਠੀਕ ਆ ਜੀ, ਛੇ ਓਵਰਾਂ ਦਾ ਮੈਚ ਆ, ਪੰਜ ਬਾਲਰ ਆ ਜੀ, ਨੋਟ ਕਰੇ ਛੇ ਓਵਰਾਂ ਦਾ ਮੈਚ ਆ, ਇੱਕ ਜਣਾ ਦੋ ਓਵਰ ਪਾ ਸਕਦਾ। ਨਰੋਲ ਦਾ ਕਹਿੰਦੇ ਮੇਲਾ ਚੱਲਦਾ, ਵੱਡੇ ਵੱਡੇ ਖਿਡਾਰੀ ਕਹਿੰਦੇ, ਵੱਡੀਆਂ ਵੱਡੀਆਂ ਟੀਮਾਂ ਅੱਜ ਕਹਿੰਦੇ ਵੀਰ ਵਾਲੀ ਜੱਟਾਂ ਪਿੰਡ ਦੇ ਵਿੱਚ ਆਈਆਂ ਨੇ, ਉਧਰ ਕਹਿੰਦੇ ਜੱਟਾਣਿਆਂ ਵਾਲੀ ਕਿੱਤੇ ਦਾ ਕਹਿੰਦੇ ਮਾਨ ਸਨਮਾਨ ਕੀਤਾ ਜਾ ਰਿਹਾ, ਬਹੁਤ ਵੱਡੀ ਕਹਿੰਦੇ ਮੁਬਾਰਕਬਾਦ ਹੈ। ਆਹ ਇਲਾਕੇ ਦਾ ਵਧੀਆ ਖਿਡਾਰੀ ਹੈ ਜੱਟਾਣਿਆਂ ਵਾਲਾ ਕਿੱਤਾ, ਮੇਰੇ ਮਿੱਤਰੋ ਹੁੰਦੇ ਆ ਕਹਿੰਦੇ ਚਰਚੇ। ਆਓ ਜੀ ਦੋਨੇ ਟੀਮਾਂ, ਅੰਪਾਇਰ ਆਓ ਜੀ, ਅੰਪਾਇਰ ਬਾਲਾ ਬਾਲਾ ਛੱਡ ਦੋ ਜੀ। ਗਰੁੱਪ ਚ ਫੋਟੋ ਪੈਣ ਦੇ ਵੀ ਬਾਹਲਾ ਚੱਕਰ ਪੈ ਜਾਂਦਾ ਵੀਰੇ ਵੀਰੇ, ਉਹ ਤੇ ਚਰਚੇ ਹੁੰਦੇ ਆ। ਹਾਂ ਗੱਲਾਂ ਤਾਂ ਕਰਨੇ ਆ, ਪਰ ਜਿਹੜੇ ਆਪਣੇ ਲੜੋ ਪਊਆ ਲਾ ਕੇ ਵੋਟਾਂ ਮੰਗਣ ਜਾਂਦੇ ਆ ਉਹਨਾਂ ਦੀ ਗਲਤ ਗੱਲ ਹੈ। ਤੇ ਕਈ ਪਿੰਡਾਂ ਦੇ ਕਹਿੰਦੇ ਲੜਾਈਆਂ ਵੀ ਹੋ ਗਈਆਂ ਇਸ ਗੱਲ ਪਿੱਛੇ, ਕਿਉਂਕਿ ਵੋਟਾਂ ਮੰਗਣ ਦਾ ਹੱਕ ਆ ਸਾਰਿਆਂ ਨੂੰ, ਪਰ ਸ਼ਾਮ ਨੂੰ ਜਿਹੜਾ ਆਪਾਂ ਨਾ ਜਾਇਆ ਕਰੀਏ, ਇਹੀ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ। ਕਈ ਹੁੰਦੇ ਆ ਕਹਿੰਦੇ ਕੰਮ ਖਰਾਬ ਕਰਨ ਵਾਲੇ, ਕਈ ਪਿੰਡਾਂ ਚ ਸਰਬ ਸੰਮਤੀ ਵੀ ਹੋ ਜਾਣੀ ਸੀ ਪਰ ਜਦੋਂ ਉਂਗਲ ਲੱਗ ਜੇ ਕਈ ਪਿੰਡਾਂ ਚ ਰੌਲਾ ਪਿਆ, ਸ਼ਾਮ ਨੂੰ ਵੋਟਾਂ ਮੰਗਣ ਨਾ ਜਾਇਆ ਕਰੀਏ ਆਪਾਂ, ਕਿਉਂਕਿ ਜਿਹਨਾਂ ਦੇ ਘਰੇ ਜਾਂਦੇ ਹਾਂ ਉਹ ਵੀ ਉੱਧਰੋਂ ਕਈ ਵਾਰ ਮੋੜ ਬਣਾਇਆ ਹੁੰਦਾ, ਸੀਜਨ ਦਾ ਟਾਈਮ ਹੈ, ਤੇ ਜਿਹੜੇ ਮੰਗਣ ਜਾਂਦੇ ਉਹ ਵੀ ਕਹਿੰਦੇ ਹੁੰਦੇ ਵੀ ਅਸੀਂ ਵੀ ਫਿੱਟ ਹੈ, ਫਿਰ ਰੌਲੇ ਰੱਪੇ ਪੈਂਦੇ ਆ, ਫਿਰ ਵੀਡੀਓ ਵਾਇਰਲ ਹੁੰਦੇ ਨੇ, ਪਿੰਡ ਦਾ ਨਾਮ ਜਿਹੜਾ ਖਰਾਬ ਹੁੰਦਾ। ਇਹ ਚੀਜ਼ਾਂ ਦਾ ਥੋੜ੍ਹਾ ਧਿਆਨ ਰੱਖਣ ਦੀ ਲੋੜ ਹੈ। ਵੋਟ ਉੱਥੇ ਪਾਓ ਜਿਹੜਾ ਤੁਹਾਨੂੰ ਬੰਦਾ ਤੁਹਾਡੇ ਪਿੰਡ ਲਈ ਕੁਝ ਕਰਦਾ, ਜ਼ਮੀਰਾਂ ਬੋਝ ਕੇ ਵੋਟਾਂ ਨਾ ਪਾਓ। ਸਭ ਤੋਂ ਵਧੀਆ ਗੱਲ ਇਹ ਆ, ਵਧੀਆ ਸਰਪੰਚ ਸੁਣੋ ਜਿਹੜਾ ਖੇਡਾਂ ਨੂੰ ਸਪੋਰਟ ਕਰੇ, ਜਿਹੜਾ ਪਿੰਡ ਦੇ ਵਧੀਆ ਕੰਮ ਕਰੇ। ਸਰਕਾਰਾਂ ਪਿੱਛੇ ਲੱਗ ਕੇ ਤੁਰਦੇ ਆ ਉਹ, ਕਦੇ ਪਿੰਡ ਦੇ ਵਿੱਚ ਕਹਿੰਦੇ ਮੇਰੇ ਵੀਰੋ ਪਾਰਕ ਪੈਲਸ ਗਰਾਊਂਡ ਨਹੀਂ ਬਣਾਉਂਦੇ, ਚਰਚੇ ਹੁੰਦੇ ਆ। ਬਾਕੀ ਕਹਿੰਦੇ ਸੋਚ ਵਧੀਆ, ਸਰਪੰਚ ਚੁਣਿਓ ਜਿਹੜਾ ਤੁਹਾਡੇ ਪਿੰਡ ਲਈ ਕੁਝ ਨਾ ਕੁਝ ਕਰੇ। ਸਭ ਤੋਂ ਵਧੀਆ ਗੱਲ ਇਹ ਆ, ਜੇ ਗਰਾਊਂਡ ਹੋਊਗਾ ਪਿੰਡ ਦੇ ਵਿੱਚ ਤਾਂ ਹੀ ਖਿਡਾਰੀ ਜਿਹੜੇ ਪੈਦਾ ਹੋਣੇ ਆ। ਦੋ ਕੁ ਸਾਲ ਮੈਂ ਜਦੋਂ ਆਹ ਗਰਾਊਂਡ ਵੇਖਦੀ ਪਹਿਲਾਂ ਛੇ ਵਾਰੀ ਗਿਆ ਸੀ ਮੈਂ ਟੂਰਨਾਮੈਂਟ ਤੇ, ਇਹ ਨੰਬਰਦਾਰ ਉਦੋਂ ਇੱਥੇ ਬੜੇ ਬੜੀਆਂ ਢੇਰੀਆਂ ਲੱਗੀਆਂ ਪਿਆ ਸੀ ਇੱਟਾਂ ਰੋੜਿਆਂ ਦੀਆਂ, ਤੇ ਜਦੋਂ ਇਹਨਾਂ ਨੇ ਟੂਰਨਾਮੈਂਟ ਰੱਖਿਆ ਪਿਛਲੇ ਸਾਲ, ਜਦੋਂ ਮੈਂ ਇਹਨਾਂ ਨੂੰ ਪੁੱਛਿਆ ਮਾਂ ਤੁਸੀਂ ਟੂਰਨਾਮੈਂਟ ਕਿੱਥੇ ਕਰਾਉਂਗੇ ਬਾਈ, ਮਾਂ ਗਰਾਊਂਡ ਤਾਂ ਇਹ ਨਹੀਂ ਤੁਹਾਡੇ ਪਿੰਡ, ਕਹਿੰਦੇ ਹੈਗਾ ਗਰਾਊਂਡ, ਮਾਂ ਕਿੱਥੇ, ਕਹਿੰਦੇ ਠੇਕੇ ਕੋਲੇ। ਮੈਂ ਉੱਥੇ ਦੇ ਬਹੁਤ ਰੋਲੇ ਰੱਪੇ ਪਏ ਆ ਵੀ ਇੰਨੀ ਮਿਹਨਤ ਕਰਨੀ ਪੈਣੀ ਆ, ਤੁਹਾਨੂੰ ਚੁਕਾਉਣੇ ਪੈਣੇ ਵੀ ਤੁਹਾਡਾ ਖਰਚਾ ਬਹੁਤ ਆ ਜੂਗਾ। ਅੰਪਾਇਰ ਆ ਜਾਓ ਜੀ ਅੰਪਾਇਰ, ਪਰ ਇਹ ਮੁੰਡਿਆਂ ਦੀ ਸੋਚ ਨੂੰ ਜਦੋਂ ਸਲੂਟ ਆ, ਪਹਿਲਾਂ ਤਾਂ ਗਰਾਊਂਡ ਸਾਫ਼ ਕਰਿਆ, ਗਰਾਊਂਡ ਸਾਫ਼ ਕਰਨ ਤੋਂ ਬਾਅਦ ਟੂਰਨਾਮੈਂਟ ਕਰਾਇਆ, ਟੂਰਨਾਮੈਂਟ ਕਰਾਉਣ ਤੋਂ ਬਾਅਦ ਲਵੀ ਨੰਬਰਦਾਰ, ਇਹ ਮਾਣ ਵਾਲੀ ਗੱਲ ਆ ਵੀ ਪਿੰਡ ਦੀ ਟੀਮ ਦੀ ਖੜੀ ਕਰ ਲਈ ਹੈ, ਇਹ ਵੀ ਮਾਣ ਵਾਲੀ ਗੱਲ ਹੈ। ਕ੍ਰਿਕਟ ਦੀ ਵਧੀਆ ਟੀਮ ਬਣ ਗਈ ਹੈ ਕਹਿੰਦੇ ਵੀਰੇ ਵਾਲੀ ਜੱਟਾਂ ਦੀ, ਵਧੀਆ ਖੇਡਦੇ ਆ ਮੁੰਡੇ ਸਾਰੇ। ਲਾ ਕਹਿੰਦੇ ਪਹਿਲੀ ਵਾਰ ਇਹ ਲਾਲੀ ਆ ਕਹਿੰਦੇ ਨੌਜਵਾਨ, ਜਿਹੜਾ ਮੁੰਡਾ ਪਾਲਾ ਪਾਉਂਦਾ ਇਹ ਕਹਿੰਦੇ ਵੱਡੇ ਵੱਡਿਆਂ ਨੂੰ ਛੱਕਾ ਨਹੀਂ ਖਾਂਦਾ, ਜਿਹੜਾ ਮੁੰਡਾ ਸਟ੍ਰਾਈਕ ਦੇ ਆ ਗਿਆ ਇਹ ਵੱਡੇ ਵੱਡਿਆਂ ਨੂੰ ਛੱਕੇ ਲਾਉਂਦਾ। ਲਓ ਸਾਹਮਣੇ ਪਹਿਲੀ ਵਾਰ ਕਹਿੰਦੇ ਟੌਪ ਦੇ ਕਹਿੰਦੇ ਖਿਡਾਰੀ ਨੇ ਪਾਈ ਆ। ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰ ਸਵਾਦ ਵੱਖਰਾ ਹੈ,
ਐਨ ਗੱਲ ਟਿਕਾਣੇ ਲੱਗਦੀ ਆ ਤੇ ਭਗਵੰਤ ਮਾਨ ਕਹਿੰਦਾ ਵੀ ਸਰਪੰਚੀ ਦੇ ਵਿੱਚ 40,000 ਤੋਂ ਵੱਧ ਖਰਚਾ ਨਹੀਂ ਕਰਨਾ ਪਰ ਲੋਕ 40,000 ਦੇ ਪਕੌੜੇ ਖਾ ਜਾਂਦੇ ਆ ਐਨ ਚਰਚੇ ਹੁੰਦੇ ਆ ਹੁਣ ਤੇ ਜਵਾਨਾਂ ਜਿਹੜਾ ਬਦਲ ਗਿਆ ਡਰ ਪੈਂਦੀ ਆ ਆਹ ਬੱਲੇ ਬੱਲੇ ਹੋ ਗਈ ਆ ਪਰ ਤਗੜਾ ਸ਼ੋਟ ਖੇਡਿਆ ਇਹਦਾ ਮਾਪਿਆਂ ਨੇ ਹਰਪ੍ਰੀਤ ਨਾਮ ਰੱਖਿਆ ਪਰ ਇਹਨੂੰ ਕ੍ਰਿਕਟ ਦੇ ਵਿੱਚ ਕੀੜੇ ਦੇ ਨਾਲ ਦੁਨੀਆਂ ਜਾਣਦੀ ਆ ਇਹ ਆ ਹਰਪ੍ਰੀਤ ਕੀੜਾ ਕਹਿੰਦੇ ਮਲਕਾਣੇ ਵਾਲਾ ਅੱਜ ਦੇ ਟਾਈਮ ਦਾ ਵੱਡਾ ਮੱਲਾ ਜਿਹੜਾ ਸੱਪ ਨੇ ਡੰਗਤਾ ਉਹਦਾ ਮਲਕਾਣੇ ਹੱਲ ਹੋਜੂ ਜਿਹੜਾ ਬੰਦੇ ਨੇ ਡੰਗਤਾ ਉਹਦੇ ਲਈ ਕਹਿੰਦੇ ਜੀਤ ਸੋਤ ਟੀਐਮਸੀ ਵਾਲਾ ਵੀ ਪੁੱਠੇ ਹੱਥ ਮਾਰਦਾ ਵੀ ਇਹਦਾ ਕੋਈ ਹੱਲ ਨੀ ਇਹ ਆ ਮਲਕਾਣੇ ਵਾਲਾ ਕਹਿੰਦੇ ਨੌਜਵਾਨ ਉਹ ਕਰਾਉਂਦਾ ਬੱਲੇ ਬੱਲੇ ਖੇਡ ਦੇ ਮੈਦਾਨ ਦੇ ਵਿੱਚ ਮੈਚ ਸੈਮੀ ਫਾਈਨਲ ਛੇ ਛੇ ਓਵਰਾਂ ਦੀ ਟੱਕਰ ਉਹ ਪੈਂਦੀ ਬਾਲ ਤੇ ਕੀੜਾ ਕਹਿੰਦੇ ਮਲਕਾਣੇ ਪਿੰਡ ਵਾਲਾ ਖੇਡਿਆ ਸ਼ਾਰਟ ਰਨ ਕਹਿੰਦੇ ਇੱਕ ਦਾ ਵਾਧਾ ਜਿਹੜਾ ਖਿਡਾਰੀ ਨੇ ਕਰ ਦਿੱਤਾ ਫਿਰ ਮੈਦਾਨ ਦੇ ਵਿੱਚ ਤੇ ਜਿਹੜੇ ਪਿੰਡਾਂ ਚ ਸੀਟ ਅਜਾ ਪਾਈ ਹੋਈ ਆ ਉੱਥੇ ਕਹਿੰਦੇ ਹੱਲਾ ਗੁੱਲਾ ਵਾਲਾ ਹੁੰਦਾ ਇਹ ਵੀ ਗੱਲ ਪੱਕੀ ਆ ਕਈ ਪਿੰਡ ਕਹਿੰਦੇ ਮੇਰੇ ਮਿੱਤਰੋ ਜਿਹੜੇ ਮਾਨਸਾ ਦੇ ਪਹਿਲੇ ਨੰਬਰ ਤੇ ਰਿਹਾ ਜਿੱਥੇ ਸਰਬਸੰਮਤੀ ਨਾਲ ਸਰਪੰਚ ਬਣੇ ਆ ਕਈ ਪਿੰਡਾਂ ਚ ਕਹਿੰਦੇ ਅਜਬ ਦੇ ਬੱਲੇ ਬੱਲੇ ਹੋਣੀ ਆ ਵਧੀਆ ਗੱਲ ਹੈ ਉਹ ਸਾਹਮਣੇ ਕਿਉਂਕਿ ਸਰਪੰਚ ਬਣਦਾ ਹਰ ਇੱਕ ਬੰਦੇ ਨੂੰ ਜਿਹੜਾ ਕਹਿੰਦੇ ਆਧਾਰ ਨਾਲ ਮੇਰੇ ਮਿੱਤਰੋ ਹਰ ਇੱਕ ਲੜ ਸਕਦਾ ਪਰ ਵਧੀਆ ਸੋਚ ਲਈ ਲੜੋ ਤੇ ਫੇਰ ਹੀ ਕਹਿੰਦੇ ਲੋਕ ਸਪੋਰਟ ਕਰਦੇ ਆ ਬਾਲ ਫੈੜਾ ਲਵੇ ਭੰਮੇ ਵਾਲੇ ਉਹ ਪੁੱਛਦਾ ਬੀਬੀ ਘੜਦਾ ਤਜਾਬ ਬਣਦਾ ਦੱਸਦੀ ਨੌਜਵਾਨਾਂ ਇਧਰ ਨੰਬਰਦਾਰ ਕਹਿੰਦੇ ਇਹਨਾਂ ਵਾਲੀਆਂ ਭੁੜੀਆਂ ਚੱਕੀ ਫਿਰਦਾ ਇਧਰ ਨੰਬਰਦਾਰ ਇਹਨਾਂ ਵਾਲੀਆਂ ਭੁੜੀਆਂ ਚੱਕੀ ਫਿਰਦਾ ਕਹਿੰਦਾ ਦੱਸਦੀ ਹੁਣ ਵੋਟਾਂ ਕਰਕੇ ਸਾਰੇ ਮਸਲੇ ਹੱਲ ਆ ਹੁਣ ਵੋਟਾਂ ਕਰਕੇ ਸਾਰੇ ਮਸਲੇ ਹੱਲ ਹੈ ਆਹ ਬਾਲ ਬਣਦੇ ਕਹਿੰਦੇ ਲਾਲੀ ਖੇਡ ਮੈਦਾਨ ਦੇ ਵਿੱਚ ਤਿਆਰ ਹੈ ਦੂਜੇ ਪਾਸੇ ਕਹਿੰਦੇ ਮਲਕਾਣਾ ਪਿੰਡ ਹੈ ਤਲਵੰਡੀ ਦਾ ਇਲਾਕਾ ਹੈ ਆਹ ਪੈਂਦੀ ਬਾਲ ਤੇ ਸਾਹਮਣੇ ਹਵਾ ਦੇ ਵਿੱਚ ਬਾਲ ਹੈ ਤੇ ਖੇਡਿਆ ਸ਼ਾਰਟ ਤੇ ਕਹਿੰਦੇ ਖਾਨ ਨੇ ਗਲਤੀ ਕਰਤੀ ਆ ਲੈ ਖਾਨ ਸਿਆਣਾ ਬਣ ਜਾ ਐਨ ਕਹਿੰਦੇ ਮਾੜੀ ਨਾ ਬਣ ਜੇ ਫਿਰ ਇਹ ਗੱਲ ਪੱਕੀ ਆ ਸਿਆਣਾ ਬਣ ਜਾ ਤੇ ਗੱਲ ਮਾੜੀ ਨਾ ਬਣ ਜੇ ਵਾਹ ਇਹ ਮੁੰਡਿਆਂ ਲਾ ਦੀਆਂ ਨੇ ਗੱਲਾਂ ਟਿਕਾਣੇ ਬੋਲੀ ਦਾ ਵੀ ਕਹਿੰਦੇ ਧੰਨਵਾਦ ਹੈ ਯਾਰਾਂ ਦਾ ਕਹਿੰਦੇ ਯਾਰ ਹੈ ਭਰਾ ਕਹਿੰਦੇ ਪਹੁੰਚਿਆ ਹੋਇਆ ਤਾਂ ਉਹ ਸਾਹਮਣੇ ਕਹਿੰਦੇ ਨਾਮ ਵੱਡਾ ਲੱਕੀ ਪੰਜਾਬ ਪੁਲਿਸ ਦਾ ਵੀ ਚੇਚੇ ਤੌਰ ਤੇ ਧੰਨਵਾਦ ਹੈ ਵੀਰ ਆ ਸਾਡੇ ਕਹਿੰਦੇ ਸਾਰੇ ਭਰਾਵਾਂ ਦਾ ਕਾਲੇ ਫੈਨਾ ਕਹਿੰਦੇ ਧੰਨਵਾਦ ਹੈ ਲਈ ਕਾਲੇ ਆਉਂਦਾ ਸਵਾਦ ਹਲੇ ਤੇ ਗੱਲਾਂ ਹੋਰ ਲੱਗਣਗੀਆਂ ਟਿਕਾਣੇ ਫਾਈਨਲ ਜਲਣ ਦੇ ਲਈ ਕਾਲਿਆ ਪਾਸੇ ਹੋ ਜਾ ਪਰ ਸਾਹਮਣਾ ਦੇ ਢੇੜਾ ਉਹ ਕਹਿੰਦੇ ਰਨ ਦੋ ਦੇ ਵਾਧੇ ਕਹਿੰਦੇ ਖਿਡਾਰੀ ਨੇ ਕਰ ਦਿੱਤੇ ਆ ਖੇਡ ਦੇ ਗਰਾਊਂਡ ਦੇ ਵਿੱਚ ਵੀ ਅੱਖਾਂ ਨਾਲ ਮਾਰਦੇ ਆ ਜਿਹੜੇ ਤੀਰ ਜੀ ਉਹ ਕਿੱਥੋਂ ਜੰਗ ਵਿੱਚ ਦੋਵੇਂ ਛੱਤੀਆਂ ਸਿਗਨੇਚਰਾਂ ਦੇ ਨਾਲ ਜਿਹੜੇ ਚੱਲਦੇ ਕਿੱਥੋਂ ਕਰਨੀਆਂ ਦੇਸ ਦੀਆਂ ਰਾਖੀਆਂ ਬਾਰੇ ਕੰਮ ਘਰਾਂ ਦੀ ਇੱਜ਼ਤ ਪੱਟ ਦਿੰਦੇ ਆ ਚੱਕ ਭਾਈ ਗਲੇ ਨੇ ਗੱਲਾਂ ਸੱਚ ਆਖੀਆਂ ਮਾੜੇ ਕੰਮ ਘਰਾਂ ਦੀ ਇੱਜ਼ਤ ਪੱਟ ਦਿੰਦੇ ਆ ਚੱਕ ਭਾਈ ਗਲੇ ਸੰਦੀਪ ਨੇ ਗੱਲਾਂ ਸੱਚ ਆਖੀਆਂ ਲਓ ਸਾਹਮਣੇ ਪੈਂਦੀ ਬਾਲ ਲਓ ਸਾਹਮਣੇ ਖੇਡਿਆ ਸ਼ਾਟ ਰਨ ਕਹਿੰਦੇ ਛੇ ਜੁੜ ਗਿਆ ਰਨ ਕਹਿੰਦੇ ਛੇ ਜੁੜ ਗਿਆ ਦੱਸੋ ਜੀ ਪਹਿਲੇ ਚ ਕਿੰਨੇ ਬਣ ਗਏ 18 ਬਣ ਗਿਆ ਹਰਪ੍ਰੀਤ ਦਾ ਵੀ ਕਹਿੰਦੇ ਧੰਨਵਾਦ ਹੈ ਨੰਬਰਾਂ ਦੀ ਸੇਵਾ ਕਰਦਾ ਹੈ ਇਹ ਵੀ ਇੰਸਟਾਗ੍ਰਾਮ ਤੇ ਕਹਿੰਦੇ ਨਿੰਜੇ ਦੇ ਗਾਣੇ ਲਾ ਕੇ ਸਟੋਰੀਆਂ ਪਾਉਂਦਾ ਹੈ ਹਰਪ੍ਰੀਤ ਦਾ ਵੀ ਕਹਿੰਦੇ ਧੰਨਵਾਦ ਹੈ ਵਾਹ ਮੁੰਡਿਆ ਉਹ ਸਾਹਮਣੇ ਗਿੱਲ ਆ ਗਿਆ ਇੱਕ ਕੋਈ ਸਹਿਣੀ ਧਰਤੀ ਆ ਦੋਵੇਂ ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਆ ਵੀ ਗੱਲ ਛਿੜ ਗਈ ਆ ਕੋਈ ਪਿੰਡ ਗਲੀਆਂ ਮਹੱਲੇ ਕਿਉਂਕਿ ਹਾਵਿਆਂ ਵਗੈਰ ਕੀ ਆ
ਜਿੰਦਰ ਦੇ ਪੱਲੇ ਇੰਨੀ ਹੱਥਾਂ ਉੱਤੇ ਚਾੜੀ, ਕਦੇ ਸੋਚਿਆ ਵੀ ਨਹੀਂ ਸੀ ਇੰਨੀ ਨਿਕਲੇਗੀ ਮਾੜੀ, ਕਦੇ ਸੋਚਿਆ ਵੀ ਨਹੀਂ ਸੀ ਇੰਨੀ ਨਿਕਲੇਗੀ ਮਾੜੀ, ਕਦੇ ਸੋਚਿਆ ਵੀ ਨਹੀਂ ਸੀ ਕਦੇ ਬਿੰਦਰ ਕੋਈ ਦਾ ਜ਼ਿਕਰ ਹੋਇਆ। ਦਿਲ ਪਰਿਵਾਰ ਦੀਆਂ ਗੱਲਾਂ ਹੁੰਦੀਆਂ ਨੇ, ਲਓ ਸਾਹਮਣੇ ਵੇਖਾਂਗੇ। ਔਰ ਰਣ ਕਹਿੰਦੇ ਚਾਰ ਦੇ ਵਾਧੇ ਕਹਿੰਦੇ ਖਿਡਾਰੀ ਨੇ ਕਰ ਦਿੱਤੇ ਆ। ਇੱਕ ਕੀੜਾ ਕਹਿੰਦੇ ਮਲਕਾਣੇ ਵਾਲਾ, ਇੱਕ ਟੀਮ ਕਹਿੰਦੇ ਮੌੜ ਮੰਡੀ ਦੇ ਇਲਾਕੇ ਦੀ ਆ, ਦੂਜੀ ਟੀਮ ਕਹਿੰਦੇ ਕਾਲਿਆਂ ਵਾਲੀ ਮੰਡੀ ਦੇ ਇਲਾਕੇ ਦੇ, ਜਿਹੜੇ ਬਠਿੰਡੇ ਦਾ ਕਹਿੰਦੇ ਮਲਕਾਣਾ ਪਿੰਡ ਆ, ਦੇਸੂ ਜੋਧੇ ਦਾ ਇਲਾਕਾ ਹੈ, ਕਦੇ ਕਹਿੰਦੇ ਚਰਦੇ ਤਰਤਵਾਲ ਦੇ ਹੁੰਦੇ ਆ, ਬੜੇ ਮਸ਼ਹੂਰ ਪਿੰਡ ਆ, ਕਦੇ ਗਿਆਨਾ ਪਿੰਡ ਕਹਿੰਦੇ ਤੀਰਥ ਨੇ ਦੁਨੀਆਂ ਦੇ ਵਿੱਚ ਪ੍ਰਸਿੱਧ ਕੀਤਾ, ਕਦੇ ਚੱਠੇ ਵਾਲਾ ਪਿੰਡ, ਕਦੇ ਕਹਿੰਦੇ ਲਾਲੇ ਵਾਲੇ ਪਿੰਡ ਦਾ ਜ਼ਿਕਰ ਹੁੰਦਾ ਹੈ। ਉਹਨੇ ਪਿੰਡਾਂ ਮੇਰੇ ਮਿੱਤਰ ਜਿਹੜੇ ਬਠਿੰਡੇ ਦੇ, ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ ਆ, ਮਾਨਸਾ ਦੇ ਚੱਟਾਂ ਦੀ ਕਹਿੰਦੇ ਗੀਤਾਂ ਦੇ ਵਿੱਚ ਚੜ੍ਹਦਾ ਹੈ। ਉਹ ਪਿੰਡੀ ਵਾਲ ਵਾਹ ਮੁੰਡਿਆ ਲਾ ਦੀ ਹੈ ਗੱਲ ਟਿਕਾਣੇ, ਵਾਹ ਮੁੰਡਿਆ ਸਵਾਦ ਵੱਖਰਾ ਹੈ, ਐਨ ਗੱਲ ਟਿਕਾਣੇ ਲੱਗੀ ਪਈ ਆ। ਖੇਡਦੇ ਮੈਦਾਨ ਦੇ ਵਿੱਚ ਜਿਉਂਦੇ ਬੰਦੇ ਨਾਲ ਕੋਈ ਨੀ ਖੜਦਾ, ਤੇ ਮਰੇ ਦੀਆਂ ਲੋਕ ਵਰਸੀਆਂ ਮਨਾਉਂਦੇ ਆ, ਜਿਉਂਦੇ ਬੰਦੇ ਨਾਲ ਕੋਈ ਨੀ ਖੜਦਾ, ਲੋਕ ਮਰੇ ਦੀਆਂ ਕਹਿੰਦੇ ਵਰਸੀਆਂ ਮਨਾਉਂਦੇ ਆ, ਬੰਦੇ ਜਿਉਂਦੇ ਨਾਲ ਖੜਿਆ ਕਰੋ, ਮਰੇ ਦੀਆਂ ਪੋਸਟਾਂ ਪਾਉਣ ਦਾ ਕੋਈ ਫਾਇਦਾ ਨਹੀਂ, ਉਹ ਬੰਦੇ ਜਿਉਂਦੇ ਨਾਲ ਖੜਿਆ ਕਰੋ। ਲਓ ਸਾਹਮਣੇ ਬਾਲ ਪਾਉਂਦੇ ਮੁੰਡਾ ਕਹਿੰਦੇ ਤਿਆਰ ਹੈ, ਉਹ ਪਿੰਡੀ ਵਾਲ ਸਾਹਮਣੇ ਕੀੜਾ, ਉਹ ਮਲਕਾਣੇ ਪਿੰਡ ਵਾਲਾ, ਵਾਹ ਹੈ ਮੁੰਡਿਆ। ਰਣ ਕਹਿੰਦੇ ਦੋ ਜੁੜ ਗਏ ਆ ਖੇਡ ਦੇ ਮੈਦਾਨ ਦੇ ਵਿੱਚ, ਵੀ ਗੁਰੂ ਘਰੇ ਜਾ ਕੇ ਕੁਫਰ ਨਾ ਤੋਲੀਏ, ਸਾਰਿਆਂ ਦੇ ਕੌਲ ਭੇਤ ਦਿਲ ਦੇ ਨਾ ਖੋਲੀਏ, ਯਾਰ ਜੇ ਬਣਾਏ ਨੀਤਾਂ ਰੱਖੀਆਂ ਨੀ ਮਾੜੀਆਂ, ਨੂੰਹਾਂ ਵਾਲੇ ਹੋ ਕੇ ਕਦੇ ਤੱਟੀਏ ਨਾ ਦਾੜੀਆਂ, ਚੱਕਾਂ ਵਾਲੇ ਉਹ ਲਾਹਣਤਾਂ ਨੇ ਪੈਂਦੀਆਂ ਉਸ ਬੰਦੇ ਨੂੰ, ਦਾਜ ਦੇ ਚੱਕਰਾਂ ਚ ਨੂੰਹਾਂ ਜੀ ਨੇ ਸਾੜੀਆਂ, ਦਾਜ ਦੇ ਚੱਕਰਾਂ ਚ ਨੂੰਹਾਂ ਜੀ ਨੇ ਸਾੜੀਆਂ, ਉਧਰ ਥਾਪੀਆਂ ਮਾਰੀ ਜਾਂਦਾ ਗਿੱਲ, ਉਹ ਵੇਖ ਕਹਿੰਦਾ ਹੋ ਜਾ ਪਾਸੇ ਕਰਤਾ ਪਾਸੇ, ਜਿਵੇਂ ਆਧਾਰ ਕਾਰਡ ਤੋਂ ਬਿਨਾਂ ਕਹਿੰਦੇ ਰੋਡ ਦੇ ਜਾਣੇ ਬੁਰੀ ਨੂੰ ਪਾਸੇ ਕਰ ਦਿੰਦੇ ਆ, ਉਹ ਕਰਤਾ ਪਾਸੇ, ਤੇ ਖਿਡਾਰੀ ਕਹਿੰਦੇ ਆਟੋ ਮੇ ਵਾਪਸ ਆ। ਆਓ ਜੀ ਅਗਲਾ ਖਿਡਾਰੀ ਰੀਤ ਆ ਗਿਆ ਕਹਿੰਦੇ ਨੌਜਵਾਨ, ਉਹਦਾ ਬੀਪੀ ਵਧਾਉਂਦੇ ਆ, ਗਿੱਲ ਦਾ ਬੀਪੀ ਵਧਾਉਂਦੇ ਸਾਹਮਣੇ ਲੈ ਲਾਣੀ ਦਾ ਕਬੱਡੀ ਵਾਲਾ, ਮੈਨੂੰ ਕੋਈ ਸਿਰਤ ਨਹੀਂ ਰਿਹਾ। ਪਰਸੋਂ ਕਹਿੰਦੇ ਜੀਵੇ 12:30 ਵੱਜ ਗਏ, ਰਾਤ ਕਿਸ਼ਨਗੜ 12:30 ਵੱਜ ਗਏ, ਤੇ ਕ੍ਰਿਕਟ ਦਾ ਟਾਈਮ ਟੇਬਲ ਆ, ਤਾਂ ਕਬੱਡੀ ਕਹਿੰਦੇ ਗਰਾਊਂਡਾਂ ਤੋਂ ਦੂਰ ਹੋਈ ਆ, ਕਿਉਂਕਿ ਕਬੱਡੀ ਦਾ ਕਰੇਜ਼ ਜਿਹੜਾ ਕਹਿੰਦੇ ਬਹੁਤ ਵਧਿਆ ਸੀ, ਪਰ ਖਿਡਾਰੀਆਂ ਨੇ ਸਾਥ ਨਹੀਂ ਦਿੱਤਾ। ਕ੍ਰਿਕਟ ਦੇ ਵਿੱਚ ਖਿਡਾਰੀ ਸਾਥ ਦਿੰਦੇ ਆ, ਤਾਂ ਟਾਈਮ ਨਾਲ ਮੇਲੇ ਨਿਬੜਦੇ ਆ, ਐਨ ਕਹਿੰਦੇ 5-5 ਵਜੇ ਤੱਕ ਤੇ 65 ਕਿਲੋ ਚੱਲੀ ਜਾਂਦੀ ਰਹਿੰਦੀ ਆ, ਫਿਰ ਓਪਨ ਚੱਲਦੀ ਆ, ਫਿਰ ਅਗਲੀ ਤਰੀਕ ਤੇ ਜਾ ਕੇ ਫਾਈਨਲ ਹੁੰਦਾ ਓਪਨਰਾਂ ਦਾ, ਇਹ ਗੱਲ ਪੱਕੀ ਆ। ਸਮਾਂ ਸਾਂਭਣ ਦੀ ਲੋੜ ਆ, ਜਿਹੜੇ ਸਮੇਂ ਨੇ ਸਾਂਭਤੇ, ਉਹ ਵਿਧਾਨ ਸਭਾ ਦੀ ਸਪੀਚ LED ਤੇ ਪੈਂ ਕਰਕੇ ਸੁਣਦੇ ਆ ਵੀ ਕਿਹੜਾ ਕਿਹੜੇ ਹਲਕੇ ਤੋਂ ਕੀ ਬੋਲਦਾ ਹੈ। ਹਰ ਸਾਹਮਣੇ ਵੇਖਾਂਗੇ ਬਾਲ, ਜਿਹੜੀ ਕਹਿੰਦੇ ਟੌਪ ਦੇ ਖਿਡਾਰੀ ਨੇ ਕਹਿੰਦੇ ਪਾਈ ਆ। ਦੱਸੋ ਜੀ 2 ਓਵਰ ਸਮਾਪਤ ਆ, ਕਿੰਨੇ ਸਕੋਰ ਬਣ ਗਏ ਆ? 25 ਬਣ ਗਏ ਆ। ਲਓ ਸਾਹਮਣੇ 2 ਓਵਰ ਕਹਿੰਦੇ 25 ਰਨ ਬਣ ਗਏ ਆ। ਲਓ ਲਾਲੀ ਆ ਗਿਆ ਬਾਲ ਪਾਉਣ ਦੇ ਲਈ, ਇੱਕ ਚਗਾਵਾਂ ਦਾ ਲਾਲੀ ਕਹਿੰਦੇ ਤਕੜਾ ਖੇਡਿਆ, ਜਿਹਦੀ ਕਹਿੰਦੇ ਚੜ੍ਹਤ ਰਹੀ ਹੈ ਮੇਰੇ ਮਿੱਤਰ ਕਬੱਡੀ ਦੇ ਵਿੱਚ, ਐਨ ਚਗਾਵਾਂ ਪਿੰਡ ਜਿਹੜੇ ਮੋਗੇ ਦਾ ਮਸ਼ਹੂਰ ਹੈ,
ਜਿੱਥੋਂ ਦਾ ਤੋਤਾ ਚਗਾਮਾ ਬੜਾ ਪ੍ਰਸਿੱਧ ਹੋਇਆ। ਇੱਕ ਅਟਾਰੀ ਬਾਰਡਰ ਦੇ ਇਲਾਕੇ ਦਾ ਚਗਾਮਾ ਪਿੰਡ ਮਸ਼ਹੂਰ ਹੈ, ਬੜਾ ਜਿਹੜੇ ਬੀਰੇ ਵਾਲਾ ਜੱਟਾ ਪਿੰਡ ਹੈ, ਇੱਕ ਬੀਰੇ ਵਾਲਾ ਡੋਗਰਾ ਪਿੰਡ ਹੈ, ਉਹ ਵੀ ਜਿਹੜੇ ਮਾਨਸਾ ਦਾ ਲਾਸਟ ਪਿੰਡ ਹੈ, ਫਿਰ ਹਰਿਆਣੇ ਦਾ ਪਹਿਲਾ ਪਿੰਡ ਬਾਦਲਗੜ੍ਹ ਆਉਂਦਾ ਹੈ, ਉਹ ਜਿਹੜੇ ਕਹਿੰਦੇ ਮਾਨਸਾ ਦਾ ਬੋਹਾ ਦੇ ਇਲਾਕੇ ਦਾ ਮਸ਼ਹੂਰ ਹੈ। ਫੌਜੀ ਦੀ ਗੱਲ ਹੁੰਦੀ ਆ, ਜਿਹੜੀਆਂ ਯਾਦਾਂ ਹੈਗੀਆਂ ਨੇ ਜਿਹੜੇ ਆਪਣੇ ਜਾਦੂ ਛੱਕੇ ਮਾਰ ਕੇ ਵੱਡੇ ਵੱਡੇ ਰਿਕਾਰਡ ਬਣਾਏ ਆ। ਆਹ ਲਾਲੀ ਦਾ ਨਾਂ ਵੱਡਾ ਪਰ ਬਾਲ ਵਾਈਡ ਹੈ। ਮੈਂ ਵੀ ਲਾਲੀ ਆਸੇ ਪਾਸੇ ਨਾ ਭੱਜ, ਇਹਦੀ ਹਿੱਕ ਚ ਭੱਜ, ਜਿਵੇਂ ਰੋਡ ਵਿੱਚ ਬੱਸ ਚ ਬੁੜੀਆਂ ਪਾਈਆਂ ਨੇ ਨੌਜਵਾਨਾਂ, ਫੇਰ ਗੱਟ ਕਾਣੀ ਲੱਗੋ ਆਸੇ ਪਾਸੇ ਨਾ ਭੱਜ, ਫੇਰ ਗੱਟ ਕਾਣੀ ਲੱਗਣੀ ਆ। ਮੇਰਾ ਟੌਪ ਦਾ ਅੱਜ ਵੀਰ ਵਾਲੇ ਚੱਟਾਂ ਦੀ ਧਰਤੀ ਬਾਬੇ ਸੁੰਦਰਪੁਰੀ ਦੀ ਕਹਿੰਦੇ ਵੱਡੀ ਕਿਰਪਾ, ਜਿਹੜੇ ਬਾਬਾ ਜੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਹੈ। ਆਹ ਪੈਂਦੀ ਵਾਰ ਆਓ, ਬੱਲੇ 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 ਬੱਲੇ, ਆ ਨੀ ਛੱਡਦਾ ਆ ਨੀ ਛੱਡਦਾ, ਆ ਮੁੰਡਾ ਲਾਹੌਰ ਆਉਣਾ ਹੈ, ਆ ਨੀ ਛੱਡਦਾ ਹੈ, ਆਹ ਮੁੰਡਾ ਕਹਿੰਦੇ ਲਾਹੌਰ ਆਉਂਦਾ ਹੈ, ਇਹ ਖਾਨਾ ਦਾ ਮੁੰਡਾ ਹੈ, ਉਹ ਤਕੜਾ ਕੈਚ ਕੀਤਾ ਹੈ। ਆਓ ਜੀ ਅਗਲਾ ਖਿਡਾਰੀ, ਸ਼ੇਖਪੁਰਾ ਫਾਈਨਲ ਜੀ ਭਾਈ ਨੂੰ ਭਰੋਸਾ ਕੀਪਰ ਨੂੰ ਪਿਆਰ ਕਰਦਾ, ਕਹਿੰਦੇ ਕਬੱਡੀ ਖੇਡਦਾ ਰਿਹਾ, ਕ੍ਰਿਕਟ ਨੂੰ ਕਹਿੰਦੇ ਦਿਲੋਂ ਪਿਆਰ ਕਰਦਾ ਹੈ। ਸੁੱਖੀ ਭਾਮੇ ਦਾ ਕਹਿੰਦੇ ਬੱਚੇ ਤੌਰ ਤੇ ਧੰਨਵਾਦ ਕਰਨੀ ਤੇ ਸੁੱਖੀ ਦਾ ਕਹਿੰਦੇ ਬੜਾ ਜ਼ੋਰ ਲੱਗਿਆ ਹੁੰਦਾ ਹੈ ਭਾਮਿਆਂ ਦੀ ਟੀਮ ਬਣਾਉਣ ਦੇ ਲਈ, ਬਹੁਤ ਪਿਆਰ ਕਰਦੇ ਆ ਦੋਨੇ ਭਰਾ ਕਹਿੰਦੇ ਕ੍ਰਿਕਟ ਨੂੰ ਚਾਹੁੰਦੇ ਆ, ਕਹਿੰਦੇ ਦਿਲੋਂ ਮੇਰੇ ਮਿੱਤਰ। ਲਓ ਸਾਹਮਣੇ ਪਾਲ ਪਾਉਣ ਦੇ ਕਹਿੰਦੇ ਖਿਡਾਰੀ ਤਿਆਰ ਵਰਤਿਆਰ ਹੈ, ਮੇਰੇ ਮਲਕਾਣੇ ਵਾਲਿਆ ਆਉਣੀ ਜਾਣੀ ਲੱਗੀ ਪਈ ਹੈ, ਇੱਕ ਆਉਂਦਾ ਇੱਕ ਜਾਂਦਾ, ਇੱਕ ਆਉਂਦਾ ਇੱਕ ਜਾਂਦਾ, ਉਹ ਚਰਚੇ ਕਰਾਉਣੇ ਪੈਣੇ ਆ, 15 ਅਕਤੂਬਰ ਨੂੰ ਪਤਾ ਲੱਗੂ ਵੀ ਕਿੱਥੇ ਢੋਲ ਵੱਜਣਗੇ ਹੋਣਗੇ ਚਰਚੇ ਮੇਰੇ ਮਿੱਤਰ। ਲਓ ਪੈਂਦੀ ਵਾਲ, ਲਓ ਸਾਹਮਣੇ ਵਾਹ ਹੈ ਮੁੰਡਿਆ, ਲਾ ਦੀ ਆ ਗਲਤ ਗਾਣੇ, ਖੇਡ ਮੈਦਾਨ ਦੇ ਵਿੱਚ ਸਵਾਦ ਵੱਖਰਾ, ਕਿਤੇ ਵੱਡੇ ਕੰਮ ਦਾ ਮੇਲਾ ਕਿਤੇ ਟੌਪ ਦਾ ਕਿਤੇ ਖੇਡਿਆ ਜਾ ਰਿਹਾ, ਵੀ ਕੰਨੀ ਪੈਂਦੀ ਸੀ ਆਵਾਜ਼ ਚਲੀ ਆਉਂਦੀ ਸੀ ਭਲਾਡੇ, ਕਾਹਦੀ ਲੱਗੀ ਸਰਕਾਰੀ ਤੇਰੇ ਬਦਲੇ ਇਰਾਦੇ, ਉਹ ਤੂੰ ਕੀ ਜਾਣੇ ਹਰਜਿੰਦਰ ਦਿਲ ਉੱਤੇ ਸਹਿ ਗਿਆ, ਤੇਰੇ ਵਜੋਂ ਕਮਲੀਏ ਕੱਲਾ ਮਾਨ ਰਹਿ ਗਿਆ, ਤੇਰੇ ਵਜੋਂ ਕਮਲੀਏ ਉਹ ਕੱਲਾ ਮਾਨ ਰਹਿ ਗਿਆ। ਲਓ ਸਾਹਮਣੇ ਬਾਲ ਕਹਿੰਦੇ ਟੌਪ ਦੀ ਆ ਤੇ ਗੱਲਾਂ ਟਿਕਾਣੇ ਰੱਖ ਦਿੱਤੀਆਂ ਨੇ, ਉਹ ਮੁੰਡੇ ਸ਼ੇਖਪੁਰੇ ਵਾਲੇ ਕਹਿੰਦੇ ਬਾਲਾਂ ਪਾਉਂਦੇ ਆ, ਲਾਲੀ ਵਰਗੇ ਦਾ ਕਹਿੰਦੇ ਨਾਂ ਵੱਡਾ, ਸਲੀਮ ਵਰਗੇ ਗਿੱਲ ਵਰਗੇ ਕਹਿੰਦੇ ਤਕੜਾ ਖੇਡਦੇ ਆ, ਉਹ ਪੰਜਾਬ ਦੀ ਕਹਿੰਦੇ ਵੱਡੀ ਟੀਮ ਆ ਤੇ ਚਰਚੇ ਕਹਿੰਦੇ ਹੁੰਦੇ ਆ, ਲੇਵੀ ਤਕੜਾ ਹੋਣਾ ਪੈਣਾ, ਲੇਵੀ ਮਲਕਾਣੇ ਵਾਲਾ ਜੀ ਕਬੱਡੀ ਜਿੱਤਣੀ ਆ ਚੱਫੇ ਲਾਉਣੇ ਪੈਂਦੇ ਆ, ਜੇ ਕ੍ਰਿਕਟ ਜਿੱਤਣੀ ਆ ਛੱਕੇ ਲਾਉਣੇ ਪੈਂਦੇ ਆ, ਜੇ ਕ੍ਰਿਕਟ ਜਿੱਤਣੀ ਆ ਛੱਕੇ ਲਾਉਣੇ ਪੈਂਦੇ ਆ, ਲਓ ਸਾਹਮਣੇ ਨੂੰ ਛੱਕੇ ਲਾਉਣੇ ਪੈਣਗੇ, ਫੇਰ ਗੱਲ ਬਣਨੀ ਆ। ਆਹ ਭਾਰ ਪੈਂਦੀ ਆ ਸਾਹਮਣੇ ਟੱਕਰ ਬਰਾਬਰ ਦੀ, ਇਹ ਬੱਲੇ 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 ਬੱਲੇ, ਆਹ ਡੰਡਾ ਪੱਟ ਦਿੱਤਾ ਹੈ, ਪਰ ਜਿਹੜੇ ਹਿਸਾਬ ਨਾਲ ਕਹਿੰਦੇ ਬਠਿੰਡੇ ਵਾਲੀ ਚੱਲਦੀ ਆ, ਮੈਨੂੰ ਲੱਗਦਾ ਵੀ ਇਹ ਟਾਈਮ ਨਾਲ ਮੁੜਨਗੇ, ਜਿਹੜੇ ਹਿਸਾਬ ਨਾਲ ਬਠਿੰਡੇ ਵਾਲੀ ਚੱਲਦੇ ਆ ਇਹ ਮੈਨੂੰ ਲੱਗਦਾ ਟਾਈਮ ਨਾਲ ਮੁੜਨਗੇ। ਉਧਰ ਗਗਨ ਸਾਡੀ ਜ਼ਿੰਦਗੀ ਦਾ ਮਾਣ ਹੈ,
ਕਦੇ ਕੈਨੇਡਾ ਤੋਂ ਲੈ ਜੁੜਿਆ ਬੈਠਾ ਹੈ। ਇਹਦਾ ਝੇਰਿਆਂ ਵਾਲੀ ਪਿੰਡ ਆਹ ਇਲਾਕੇ ਦੇ ਵਿੱਚ ਮਸ਼ਹੂਰ ਹੈ ਗਾਗਨ ਝੇਰਿਆਂ ਵਾਲੀ ਦਾ। ਕਹਿੰਦੇ ਕੈਨੇਡਾ ਤੋਂ ਅੱਜ ਦੇ ਮੇਲੇ ਦੇ ਕਹਿੰਦੇ ਵੱਡਾ ਯੋਗਦਾਨ ਹੈ, ਉਹਦਾ ਵੀ ਕਹਿੰਦੇ ਧੰਨਵਾਦ ਹੈ। ਲੱਖੇ ਪੰਜਾਬ ਪੁਲਸੇ ਨਾਲ ਹੀ ਆ ਰਹੀ ਹੈ, ਕਾਲੇ ਹੋਰਾਂ ਦੇ ਨਾਲ ਕਹਿੰਦੇ ਪਿਆਰ ਹੈ, ਆਹ ਕਹਿੰਦੇ ਗਾਗਨ ਕੈਨੇਡਾ ਦਾ। ਆਓ ਜੀ ਅਗਲਾ ਖਿਡਾਰੀ, ਅਗਲਾ ਖਿਡਾਰੀ, ਅਗਲਾ ਖਿਡਾਰੀ ਆ ਜਾਏਗਾ ਜਲਦੀ ਨਾਲ। ਹਰਿਆਣੇ ਦਾ ਬਾਰਡਰ ਆਪਣੇ ਪਿੰਡ ਜਾ ਕੇ ਲੱਗ ਜਾਂਦਾ ਵੀਰੇ ਮਿੱਤਰੋ। ਮਲਕਾਣੇ ਵਾਲਿਆਂ ਨੂੰ ਵੀ ਪਤਾ ਵੀ ਜੇ ਕਦੇ ਇੱਥੇ ਹਰ ਕੇ ਫੇਰ ਤਲਵੰਡੀ ਲੰਘਣਾ ਔਖਾ ਹੋ ਜਾਣਾ ਹੈ। ਲਓ ਸਾਹਮਣੇ ਪੈਂਦੀ ਵਾਲ, ਇਹ ਬੱਲੇ 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 ਬੱਲੇ, ਆਹ ਕਹਿੰਦੇ ਹਲਕਾ ਐਜ ਲੱਗਿਆ ਤੇ ਰਨ ਕਹਿੰਦੇ ਦੋ ਜੁੜ ਗਏ ਆ, ਦੋ ਸਕੋਰ ਦਾ ਕਹਿੰਦੇ ਵਾਧਾ ਜਿਹੜਾ ਖਿਡਾਰੀ ਨੇ ਆਪਣੀ ਟੀਮ ਦੀ ਕਰ ਦਿੱਤਾ। ਦੱਸੋ ਜੀ ਕਿੰਨੇ ਬਣ ਗਏ, 28 ਬਣ ਗਏ ਆ ਭਾਏ ਮੁੰਡੇ, 28 ਰਨ ਜਿਹੜੇ ਬਣ ਗਏ ਆ। ਬਾਲ ਪਾਉਂਦੇ ਕਹਿੰਦੇ ਸਲੀਮ ਆ ਗਿਆ, ਸ਼ੇਖਪੁਰਾ ਪਿੰਡ ਆ ਕਹਿੰਦੇ ਖਿਡਾਰੀ ਦਾ ਸਲੀਮ, ਕਹਿੰਦੇ ਸ਼ੇਖਪੁਰੇ ਵਾਲਾ। ਆਹ ਕਹਿੰਦੇ ਬਾਲ ਪਾਉਣ ਦੇ ਰਹੀ ਮੁੰਡਾ ਕਹਿੰਦੇ ਤਿਆਰ ਹੈ ਖੇਡ ਗਰਾਊਂਡ ਦੇ ਵਿੱਚ। ਖਾਲ ਚ ਬਾਕੀ ਆਓ ਜੀ ਅਗਲਾ ਖਿਡਾਰੀ। ਉਧਰ ਕਹਿੰਦੇ ਇੱਕ ਵਾਰ ਹੁੰਦਾ ਮੇਲਾ ਜਿਹੜਾ 24, 25, 26 ਤੇ 27 ਤਰੀਕ ਨੂੰ ਕਹਿੰਦੇ ਬੋਹਾ ਤੋਂ ਜਦੋਂ ਰਦੀ ਨੂੰ ਜਾਈਦਾ ਗੰਧੋ ਖੁਰਦ ਪਿੰਡ ਆਉਂਦਾ ਹੈ। ਹਾਂ ਪਰਮਜੀਤ ਮਾਨ ਸਾਡਾ ਵੀਰ ਹੈ, ਉਹ ਐਲਾਨ ਕਰਾਉਂਦਾ ਵੀ ਪਹਿਲੀ ਵਾਰ ਤੇ ਜੇ ਪਹਿਲੀ ਵਿਕਟ ਸਲੀਮ ਲੈਂਦਾ ਰੁਪਈਆ ਕਹਿੰਦੇ 11,000 ਦਿੱਤਾ ਜਾਣਾ ਹੈ, ਕਿਉਂਕਿ ਪਿਆਰ ਕਰਦਾ ਕਹਿੰਦੇ ਆਹ ਮੁੰਡੇ ਨੂੰ ਪਿਆਰ ਹੈ, ਕਹਿੰਦੇ ਸਤਿਕਾਰ ਹੈ ਹੋਣਗੇ ਕਹਿੰਦੇ ਧਰਤੀ ਕਹਿੰਦੇ ਸਲੀਮ ਦੇ। ਨਰਮਾਈ ਵੀ ਵਧੀਆ, ਖਿਡਾਰੀ ਵੀ ਵਧੀਆ, ਇਨਸਾਨ ਵੀ ਵਧੀਆ ਤੇ ਮੇਰੇ ਮਿੱਤਰੋ ਸਲੀਮ ਆ ਕਹਿੰਦੇ ਸ਼ੇਖਪੁਰੇ ਵਾਲਾ, ਆਹ ਭਾਲਾ ਪਾਉਂਦਾ ਪਰ ਸਾਹਮਣੇ ਵੇਖਾਂਗੇ ਲਾਤੀ ਆ ਗੱਲ ਟਿਕਾਣੇ। ਸ਼ੇਖਪੁਰਾ ਪਿੰਡ ਆ ਸਲੀਮ ਦਾ, ਲੈ ਨੰਬਰ ਦਾ ਆਹ ਬੰਦਾ ਉਹਨਾਂ ਨੇ ਸਮੇਂ ਦਾ ਵੱਡਾ ਮੱਲ ਬਣਨਾ ਜੀ, ਮਿਹਨਤਾਂ ਕਰਦਾ ਰਿਹਾ ਤੇ ਦੁਨੀਆਂ ਦੇ ਉੱਤੇ ਚਰਚੇ ਹੋਏ ਆ। ਕੱਲ ਪਰਸੋਂ ਮੁੰਡੇ ਨੂੰ ਕਹਿੰਦੇ ਆਈਫੋਨ ਮਾਨ ਸਨਮਾਨ ਦੇ ਵਿੱਚ ਮਿਲਿਆ, ਫਿਆਨੇ ਨੇ ਮੇਲੇ ਤੇ ਪੈਗੀ ਬਾਲ ਤੇ ਮੈਨੂੰ ਲੱਗਦਾ ਵੀ ਵੱਜ ਗਿਆ ਛੱਕਾ, ਐਂਡ ਸਲੀਮ ਨੂੰ ਛੱਕਾ ਵੱਜ ਗਿਆ। ਇੱਕ ਪਾਸੇ ਕਹਿੰਦੇ ਮਲਕਾਣੇ ਵਾਲੇ, ਆਹ ਬੱਲੇ ਬੱਲੇ ਕਰਵਾਉਂਦੇ ਆ ਮੁੰਡੇ, ਇੱਕ ਪਾਸੇ ਕਹਿੰਦੇ ਮਲਕਾਣੇ ਵਾਲੇ ਬੱਲੇ ਬੱਲੇ ਕਰਾਉਂਦੇ ਆ ਮੁੰਡੇ। ਸਿਮਰ ਦਾ ਵੀ ਕਹਿੰਦੇ ਧੰਨਵਾਦ ਹੈ, ਗੰਗਾ ਪਿੰਡ ਵਾਲਾ ਕਹਿੰਦੇ ਆਇਆ ਹੋਇਆ ਹੈ ਵੀ ਸਿਮਰ ਹੁੰਦੇ ਆ ਚਰਚੇ ਨੌਜਵਾਨਾਂ। ਲਓ ਸਾਹਮਣੇ ਵੇਖਾਂਗੇ ਬਾਲ ਪਾਉਂਦੇ, ਖਿਡਾਰੀ ਕਹਿੰਦੇ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਲਓ ਟੱਕਰ ਕਹਿੰਦੇ ਬਰਾਬਰ ਦੇ ਆ, ਲਓ ਪੈਂਦੀ ਬਾਲ, ਲਓ ਬੱਲੇ ਬੱਲੇ ਹੋ ਗਈ ਆ ਤੇ ਬਾਲ ਕਹਿੰਦੇ ਟੌਪ ਦੀ ਪਾਈ ਆ ਖਿਡਾਰੀ ਨੇ ਤੇ ਦੌੜ ਬਾਲ ਦੇ ਕਹਿੰਦੇ ਫੈਸਲੇ ਹੋ ਗਏ ਆ ਵੀ ਰੋਟੀ ਜਿਹੜੇ ਪਾਏ ਰੋਟੀ ਖੋਣ ਲੱਗ ਪਏ, ਮਾਲਾ ਕਹਿਣ ਵਾਲੇ ਵੀ ਸਲਾਉਣ ਲੱਗ ਪਏ, ਗੱਲਾਂ ਚ ਨਾ ਆਜੀ ਕਿਤੇ ਰਾਜ ਨਿਜਰਾ ਸਮਾਂ ਪਾ ਕੇ ਬੈਰੀ ਨੇੜੇ ਆਉਣ ਚੰਗਾ ਕੰਮ ਸਦਾ ਹੀ ਜਨੂਨ ਚ ਹੁੰਦਾ ਏ, ਕਈਆਂ ਦੇ ਉੱਤੇ ਦਰਦ ਪਾਣਾ ਖੂਨ ਚ ਹੁੰਦਾ ਏ, ਕਈਆਂ ਦੇ ਉੱਤੇ ਦਰਦ ਪਾਣਾ ਖੂਨ ਚ ਹੁੰਦਾ ਏ। ਲਓ ਛੱਕਾ ਕਹਿੰਦੇ ਵੱਜ ਗਿਆ ਤੇ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਕਰਵਾਤੀ ਆ। ਲਓ ਵਾਲਾ ਜੀ ਸਹੀ ਆ ਛੋਆ ਓਏ ਤੇਰੀ ਏਟਾ ਤੇ ਛੱਕਾ ਲੈ ਲਾ, 7 ਆ ਗਿਆ ਬਿਨਾ ਬਾਲ ਤੋਂ, ਸਹੀ ਆ ਸਹੀ ਆ ਸਹੀ ਆ ਤੱਕ 7 ਆ ਗਿਆ ਬਿਨਾ ਬਾਲ ਤੋਂ। ਹੁਣ ਕਹਿੰਦੇ ਫ੍ਰੀ ਹਿੱਟ ਆ ਗਈ ਹੈ, ਹੁਣ ਫ੍ਰੀ ਹਿੱਟ ਆ ਗਈ ਹੈ, ਹੁਣ ਖੜਕਾ ਦਰਕਾ ਹੋਣਾ ਹੈ।
ਹੁਣ ਭੰਗੜੇ ਪਹਿਣ ਗਏ ਆਓ ਸਾਹਮਣੇ ਬਾਲ ਟੋਪਰੀ ਵਾਹ ਵੇ ਸਲੀਮ ਇੱਕ ਤਲਵੰਡੀ ਵਾਲਾ ਇੱਕ ਖੇਤਰ ਪਿੰਡ ਦਾ ਕਹਿੰਦੇ ਜਿਹੜੇ ਹਸਾਰ ਦਾ ਵੱਡਾ ਮੱਲ ਹੋਇਆ ਇਹ ਸਲੀਮ ਨੌਜਵਾਨ ਸਲੀਮ ਦਾ ਜ਼ਿਕਰ ਹੁੰਦਾ ਮੰਨੇ ਦਾ ਬ੍ਰਦਰ ਆਓ ਭੱਲੇ ਬੱਲੇ ਕਰਵਾਉਂਦਾ ਆਓ ਪੈਗੀ ਵਾਲ ਆਓ ਸਾਹਮਣੇ ਵੇਖਾਂਗੇ ਖੇਡਿਆ ਸ਼ਾਰਟ ਤੇ ਫਿਲਟਰ ਕਹਿੰਦੇ ਥੱਲੇ ਆ ਪਰ ਮੁੰਡੇ ਨੇ ਐਫਰ ਵਧੀਆ ਲਾਇਆ ਤੇ ਰਣ ਕਹਿੰਦੇ ਸਿੰਗਲ ਦਾ ਜਿਹੜਾ ਕਹਿੰਦੇ ਵਾਧਾ ਖੜਾਈ ਬਾਉਂਸ ਹੋ ਗਿਆ ਕੀ ਕਰ ਦਿੱਤਾ ਖੇਡ ਮੈਦਾਨ ਦੇ ਵਿੱਚ ਬਾਉਂਸ ਹੋ ਗਿਆ ਤਾਂ ਬਾਲੀ ਉੱਤੋਂ ਮਾਰਿਆ ਆਦਾ ਬਾਉਂਸ ਉੱਡੀ ਬਾਲਾ ਉੱਤੋਂ ਮਾਰਿਆ ਚਲ ਕੋਈ ਨਹੀਂ ਤਗੜਾ ਅੱਗੇ ਹੋਏ ਟੱਪਾ ਮਾਰਨੀ ਕਰੂ ਰਾਜੇ ਲੱਗਦੀ ਮੈਨੂੰ ਮੈਂ ਕਹੀ ਜਾਂਦਾ ਕੱਲਾ ਟੱਪਾ ਮਾਰਨਾ ਉਹਨੇ ਬਾਲ ਹੋਰ ਲੈ ਲਾ ਬੋਲਾਂ ਯਾਰ ਬਾਲ ਹੀ ਖਰਾਬ ਆ ਤਾਂ ਜਮੀ ਉਧਰ ਰਾਜਾ ਕਿਹੜਾ ਬਾਈ ਤਗੜਾ ਕਰੋ ਰਾਜਾ ਰਾਜਾ ਕਿਹੜਾ ਮਲਕਾਨੇ ਵਾਲਾ ਕਿਹੜਾ ਲਾਊ ਉਧਰ ਤਿਉਣੇ ਵਾਲਾ ਨੰਬਰਦਾਰ ਕਹਿੰਦਾ ਵੀ ਤਿੰਨ ਛੱਕਿਆਂ ਤੇ 500 ਹੋਣਾ ਜਿੰਨੇ ਛੱਕੇ ਵੱਜਣਗੇ ਹਰ ਇੱਕ ਛੱਕੇ ਤੇ ਰੁਪਈਆ ਕਹਿੰਦੇ 500 ਦਿੱਤਾ ਜਾਵੇਗਾ ਜਿੰਨੇ ਛੱਕੇ ਮੁੰਡਾ ਮਾਰੂਗਾ ਤੇ ਵੱਡੇ ਮਾਨ ਸਨਮਾਨ ਹੋਣੇ ਆ ਰਾਜੇ ਦੇ ਹਰ ਇੱਕ ਛੱਕੇ ਦੇ ਲਾਓ ਜੀ ਫਿਰਦੇ ਵੀਰ ਬਣ ਕੇ ਹਾਂ ਬਿਆਲੀ ਹੋਏ ਚਾਰ ਓਵਰ 42 ਬਣ ਗਏ ਆ ਭੰਮੇ ਵਾਲੇ ਵੀ ਪੁੱਜੇ ਆ ਪਿਛਲੇ ਮੇਲੇ ਦੇ ਕਹਿੰਦੇ ਹੀਰੋ ਆ ਟੀਮ ਪਿਛਲਾ ਟੂਰਨਾਮੈਂਟ ਕਹਿੰਦੇ ਭੰਮੇ ਵਾਲੇ ਜਿੱਤੇ ਆ ਲਾਓ ਕਹਿੰਦੇ ਪਹਿਲੀ ਵਾਰ ਲਾਓ ਸਾਹਮਣੇ ਬੱਲੇ 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 ਭੱਜ ਗਿਆ ਛੱਕਾ ਆਓ ਲਾਗੀ ਆ ਗੱਲ ਟਿਕਾਣੇ ਆ ਸਿਰ ਤੋਂ ਜੀ ਬਾਲ ਬੱਚਿਆਂ ਨੂੰ ਬੇਨਤੀ ਆ ਗਰਾਊਂਡ ਦੇ ਵਿੱਚ ਲਾਗੀ ਆ ਗੱਲ ਟਿਕਾਣੇ ਤੇ ਛੱਕਾ ਕਦੇ ਪੱਟ ਗਿਆ ਤੇ ਬਹਿਜਾ ਬਹਿਜਾ ਕਹਿੰਦੇ ਮੁੰਡੇ ਨੇ ਕਰਵਾਤੀ ਆ ਖੇਡ ਦੇ ਗਰਾਊਂਡ ਦੇ ਵਿੱਚ ਲੱਗੀਆਂ ਪਈਆਂ ਨੇ ਕਹਿੰਦੇ ਗੱਲਾਂ ਟਿਕਾਣੇ ਇਹ ਗਿਲੇ ਸ਼ਿਕਵੇ ਬਹੁਤ ਨੇ ਸੱਜਣਾ ਤੇਰੇ ਤੇ ਇੱਕ ਡਾਢੇ ਤੋਂ ਸਾਰੀ ਉਮਰ ਅਸੀਂ ਲੱਭਦੇ ਰਹਿਣਾ ਕੀ ਕਮੀਆਂ ਰਹਿ ਗਈਆਂ ਸਾਡੇ ਤੋਂ ਚੱਕ ਭਾਈ ਕੇ ਪਿੰਡ ਕਿਹੜਾ ਦੂਰ ਅੜੀਏ ਕਿਉਂ ਮੁੜ ਜੇ ਅੱਗੇ ਫੜ ਲਾਡੇ ਤੋਂ ਚੱਕ ਭਾਈ ਕੇ ਪਿੰਡ ਕਿਹੜਾ ਦੂਰ ਅੜੀਏ ਕਿਉਂ ਮੁੜ ਜੇ ਅੱਗੇ ਫੜ ਲਾਡੇ ਤੋਂ ਆਓ ਜੀ ਅਗਲਾ ਖਿਡਾਰੀ ਆਓ ਜੀ ਅਗਲਾ ਖਿਡਾਰੀ ਲੈ ਵੀ ਆ ਨੌਜਵਾਨਾਂ ਭੱਜ ਗਏ ਹੋਣਗੇ ਕਹਿੰਦੇ ਚਰਚੇ ਧੰਨਵਾਦ ਆ ਕਹਿੰਦੇ ਮਲਕਾਣੇ ਵਾਲੇ ਮੁੰਡਿਆਂ ਦਾ ਵੀਰਪੁਰ ਤੇ ਕਹਿੰਦੇ ਮਤਲਬ ਵੀ ਭੰਬਿਆਂ ਦਾ ਮੈਚ ਜਿਹੜਾ ਉਹ ਦੂਜਾ ਸੈਮੀ ਖੇਡਿਆ ਜਾਵੇਗਾ ਬਲਦੀਪ ਨੇ ਵੀ ਚੋਣ ਨਿਸ਼ਾਨ ਕਹਿੰਦੇ ਟੈਂਪੂ ਖੜਾ ਕਰ ਦਿੱਤਾ ਵੀ ਆਪਾਂ ਹੁਣ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਮੀਰਪੁਰ ਜਾਂ ਕੁਲਦੀਪ ਨੇ ਵੀ ਫਾਰਮ ਭਰਤੇ ਆ ਕਹਿੰਦਾ ਵੀ ਚੋਣ ਨਿਸ਼ਾਨ ਟੈਂਪੂ ਹੈ ਹੋਣਗੇ ਚਰਦੇ ਐਨ ਗੱਲਾਂ ਹੋਣਗੀਆਂ ਮੀਰਪੁਰ ਵਾਲੇ ਦੀਆਂ ਧੰਨਵਾਦ ਹੈ ਇਹ ਗੱਲਾਂ ਕਹਿੰਦੇ ਟਿਕਾਣੇ ਹੈ ਆਓ ਸਾਹਮਣੇ ਲਾਤੀ ਆ ਗੱਲ ਟਿਕਾਣੇ ਮੀਰਪੁਰੀ ਕੁਲਦੀਪ ਦਾ ਧੰਨਵਾਦ ਹੈ ਯਾਰਾਂ ਦਾ ਯਾਰ ਜਗੇਰੀਆਂ ਦੇ ਮੇਲੇ ਤੋਂ ਜੱਸੂ ਮੀਰਪੁਰ ਨੇ ਜਿੱਤੇ ਆ ਵਕੀਲ ਨੇ ਕਹਿੰਦੇ ਉਹ ਚਣਕੋਠੀ ਵਾਲੇ ਨੇ ਕਹਿੰਦੇ ਭੰਗੜੇ ਪਾਏ ਆ ਬਾਲ ਬੰਦੇ ਸਰਦਾਰ ਖੇਡ ਮੈਦਾਨ ਦੇ ਵਿੱਚ ਤਿਆਰ ਹੈ ਮਲਕਾਣੇ ਵਾਲਿਆਂ ਨੇ ਕਹਿੰਦੇ ਆਉਣੀ ਜਾਣੀ ਲਾਈ ਆ ਇੱਕ ਆਉਂਦਾ ਇੱਕ ਜਾਂਦਾ ਮਲਕਾਣੇ ਵਾਲਿਆਂ ਨੇ ਕਾਲਿਆ
ਆਉਣੀ ਜਾਣੀ ਲਾਈ ਇੱਕ ਆਉਂਦਾ ਇੱਕ ਜਾਂਦਾ ਚਾਚੇ ਕਹਿੰਦੇ ਹੋਏ ਪਈ ਆ ਬਾਲ ਪੈਂਦੀ ਆ ਦੂਜੇ ਪਾਸੇ ਆਓ ਬੱਲੇ 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 ਇੱਕ ਹੋਰ ਆਊਟ ਹੋ ਕੇ ਵਾਪਸ ਆ ਤੇਰੀ ਕਿੰਨੇ ਆਊਟ ਹੋ ਗਏ ਨੌਜਵਾਨ ਵੇਖਾਂਗੇ ਬਾਲ ਟੌਪ ਦੀ ਨੋਹ ਵੱਲ ਦੇ ਇਸ਼ਾਰੇ ਆ ਸੁਖੀ ਪਾਪਾ ਜੀ ਨੋਹ ਨੋਹ ਵਾਲਾ ਜੀ ਨੋਹ ਵੱਲ ਦੇ ਇਸ਼ਾਰੇ ਆ ਦੁਬਾਰਾ ਸੁੱਟਣੀ ਪੈਣੀ ਹੈ ਹੁਣ ਅਗਲਾ ਖੇਡ ਲੈਂਦੇ ਦੋ ਵਾਲਾ ਬਣ ਜਾ ਬੇਨਤੀ ਆ ਬਾਈ ਜੀ ਅੰਪਾਇਰ ਦਾ ਫੈਸਲਾ ਟੱਲ ਹੋਣਾ ਹੈ ਦੁਬਾਰਾ ਸੁੱਟਣੀ ਪੈਣੀ ਹੈ ਫ੍ਰੀ ਹਿੱਟ ਆ ਲਾ ਛੱਕਾ ਆਹ ਬੱਲੇ 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 ਪਰ ਰਾਜਾ ਭਾਈ ਦਾ ਨੀ ਤੇ ਗਿਆਨੇ ਵਾਲਾ ਚੌਹੜੇ ਵਾਲਾ ਨੰਬਰਦਾਰ ਕਹਿੰਦਾ ਵੀ ਮਾਂ ਸਲਵਾਨ ਰਾਜੇ ਕਰਨੀ ਹੈ ਉਹ ਭਾਈ ਦਾ ਨੀ ਲਓ ਸਾਹਮਣੇ ਦੱਸੋ ਜੀ ਪੰਜ ਓਵਰ ਕਿੰਨੇ ਹੋ ਗਏ ਨੰਜਾ ਹੋ ਗਿਆ ਨੰਜਾ ਰਨ ਜਿਹੜੇ ਬਣ ਗਿਆ ਵਾਕੇ ਕਹਿੰਦੇ ਫਿਰ ਤੋਂ ਬੇਨਤੀ ਆ ਵੀ ਦੇਖੋ ਪੰਚਾਇਤੀ ਚੋਣਾਂ ਤੇ ਹੁੰਦੀਆਂ ਰਹਿਣੀਆਂ ਨੇ ਤੇ ਪੰਜ ਸਾਲਾਂ ਨੂੰ ਕੋਈ ਹੋਰ ਤੇ ਆਪਣਾ ਭਾਈਚਾਰਾ ਜਿਹੜਾ ਉਹ ਕਾਇਮ ਰੱਖਿਆ ਕਰੋ ਕਿਉਂਕਿ ਏਕਤਾ ਜ਼ਰੂਰ ਹੈ ਰੱਖੀ ਆਪਾਂ ਤੇ ਪਿੰਡਾਂ ਦੇ ਵਿੱਚ ਕਿਸੇ ਵੀ ਤੇ ਮੁਸੀਬਤ ਪੈਂਦੀਆਂ ਤੋਂ ਤੇ ਨਾਂ ਜ਼ਰੂਰ ਰੱਖਿਆ ਕਰੋ ਉਹਦਾ ਮਜ਼ਾਕ ਨਾ ਲਾਇਆ ਕਰੋ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਜਦੋਂ ਕਿਸੇ ਦੀ ਕੋਈ ਮੁਸੀਬਤ ਪੈਂਦੀ ਆ ਜਿਹਦਾ ਕਦੇ ਉਹਦਾ ਮੋਢਾ ਲਾ ਕੇ ਨਾਲ ਜ਼ਰੂਰ ਖੜਿਆ ਕਰੋ ਭਾਈਚਾਰਾ ਕਾਇਮ ਰੱਖਿਓ ਕਿਉਂਕਿ ਰਾਜਨੀਤੀਆਂ ਤੇ ਵੋਟਾਂ ਤੇ ਆਉਂਦੀਆਂ ਜਾਂਦੀਆਂ ਰਹਿਣਗੀਆਂ ਕਦੇ MLA ਦੀਆਂ ਕਦੇ ਹਲਕੇ ਦੀਆਂ ਕਦੇ ਸਰਪੰਚੀ ਦੀਆਂ ਕਦੇ ਮੈਂਬਰੀ ਦੀਆਂ ਇਹਦੇ ਆਉਂਦੀਆਂ ਜਾਂਦੀਆਂ ਰਹਿਣਗੀਆਂ ਨੇ ਲਓ ਸਾਹਮਣੇ ਵੇਖਾਂਗੇ ਪੈਗੀ ਬਾਲ ਤੇ ਸਾਹਮਣੇ ਵੇਖਾਂਗੇ ਵਾਹ ਇਹ ਮੁੰਡੇ ਜ਼ਮੀਰ ਵੇਚ ਕੇ ਵੀ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ ਕਿਉਂਕਿ ਰੱਬ ਤੇ ਫਿਰ ਦੇਖਦੀ ਆ ਬੰਦੇ ਆ ਚਰਚੇ ਮੇਰੇ ਮਿੱਤਰ ਲਓ ਸਾਹਮਣੇ ਵੇਖਾਂਗੇ ਬਾਲਾਂ ਪੈਂਦੀਆਂ ਛੱਕੇ ਭੱਜਦੇ ਆ ਉਹ ਦੁਨੀਆ ਆਨੰਦ ਮਾਣਦੀ ਆ ਬੇਦਾ ਕਹਿੰਦੇ ਟੌਪ ਦਾ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਵੀਰਾਣਾ ਜੱਟਾਂ ਪਿੰਡ ਆ ਸਾਰੀ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਮੇਲਾ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਮੇਲਾ ਇਹ ਕਹਿੰਦੇ ਦੂਜੀ ਵਾਰ ਕਹਿੰਦੇ ਟੂਰਨਾਮੈਂਟ ਖੇਡਿਆ ਜਾ ਰਿਹਾ ਆਹ ਸਾਲ ਦੇ ਵਿੱਚ ਦੋ ਮੇਲੇ ਹੋ ਗਏ ਰਿਕਾਰਡ ਬਣਾ ਤੇ ਮੁੰਡਿਆਂ ਨੇ ਤੇ ਤੀਜਾ ਮੈਨੂੰ ਲੱਗਦਾ ਕਾਲਿਆ 12-13 ਨੂੰ ਖੇਡਿਆ ਜਾਣਾ ਹੈ ਤੀਜਾ ਮੇਲਾ 12-13 ਨੂੰ ਅੰਡਰ ਦਾ ਖੇਡਿਆ ਜਾਣਾ ਇਸੇ ਧਰਤੀ ਦੇ ਹੋਣਗੇ ਚਰਚੇ ਕਹਿੰਦੇ 12-13 ਤਰੀਕ ਨੂੰ ਅੰਡਰ ਦਾ ਮੇਲਾ ਵੀ ਇਸੇ ਧਰਤੀ ਦੇ ਹੋਣਾ ਹੈ ਇੱਕ ਇੱਕ ਪਿੰਡ ਦੇ ਵਿੱਚ ਕਹਿੰਦੇ 3-3 ਮੇਲੇ ਹੁੰਦੇ ਆ ਕਿਉਂਕਿ ਇਹ ਕਰੇਜ ਆ ਕ੍ਰਿਕਟ ਦਾ ਆਹ ਕਹਿੰਦੇ ਸਾਹਮਣੇ ਰਾਜਾ ਲਵੀ ਨੰਬਰ ਦਾ ਰਾ ਬਾਲ ਉੱਥੇ ਡਿੱਗੀ ਹੈ ਜਿੱਥੇ ਸਾਰੀ ਜਾਣ ਤੋਂ ਡਰਦੀ ਹੈ ਆਹ ਕਹਿੰਦੇ ਸ਼ਮਸ਼ਾਨ ਘਾਟ 'ਚ ਡਿੱਗੀ ਹੈ ਪਰ ਉੱਥੇ ਜਾ ਕੇ ਨਿਬੇੜੇ ਹੋਣਗੇ ਉੱਥੇ ਪਤਾ ਲੱਗੂ ਤੇ ਕੀ ਕੁਝ ਕੀਤਾ ਜ਼ਿੰਦਗੀ ਦੇ ਵਿੱਚ ਵਾਹ ਇਹ ਮੁੰਡਾ ਛੱਕਾ ਭੱਜ ਗਿਆ ਜ਼ਿੰਦਗੀ ਦਾ ਲਾਸਟ ਸਟੇਸ਼ਨ ਹੈ ਸ਼ਮਸ਼ਾਨ ਘਾਟ ਉੱਥੇ ਜਾ ਕੇ ਫੈਸਲੇ ਹੁੰਦੇ ਆ ਦੂਜਾ ਵੱਜ ਗਿਆ ਆ ਵੀ ਕਹਿੰਦੇ ਬੀਬੀ ਜਗੀਰ ਕੌਰ ਵਾਂਗੂ ਹਰਖਿਆ ਫਿਰਦਾ ਆਹ ਬਾਲ ਤੇ ਕਹਿੰਦੇ ਨੰਬਰਦਾਰ ਕਿਉਂ ਵਾਲਾ ਕਹਿਣਾ ਵੀ ਰੁਪਈਆ 500 ਦੇਣਾ ਜੇ ਤੀਜਾ ਵੱਜ ਗਿਆ ਕਿਉਂ ਵਾਲਾ ਨੰਬਰਦਾਰ ਕਹਿੰਦਾ ਰੁਪਈਆ 500 ਦੇਣਾ ਲੈ ਤਗੜਾ ਹੋ ਜਾ ਬੱਲੇ ਬੱਲੇ ਕਰਵਾਉਣੀ ਪੈਣੀ ਆ ਇੱਕ ਹੋਰ ਆਓ ਤੀਜਾ
ਤੀਜਾ ਤੀਜਾ ਤੀਜਾ ਤੀਜਾ ਤੀਜਾ ਨਹੀਂ ਬਚਿਆ। ਜਿਹੜਾ ਖਿਡਾਰੀ ਨੇ ਆਪਣੀ ਟੀਮ ਲਈ ਕਰ ਦਿੱਤਾ ਬਾਬਾ ਸੁੰਦਰਪੁਰੀ ਦੀ ਬਹੁਤ ਵੱਡੀ ਕਿਰਪਾ ਹੈ। ਆਹ ਪਿੰਡ ਦੇ ਉੱਪਰ ਸਾਧੂ ਸੰਤਾਂ ਦੀ ਕਹਿੰਦੇ ਧਰਤੀ ਆ, ਬਹੁਤ ਵੱਡਾ ਨਾਮ ਆ ਬਾਬੇ ਨਾਨਕ ਦੀ ਕਹਿੰਦੇ ਧਰਤੀ ਆ, ਨਾਮ ਆ ਕਹਿੰਦੇ ਇਸੇ ਨਗਰ ਦਾ। ਬਹੁਤ ਹੁੰਦੇ ਰਹੇ ਪਿੰਡ ਦੇ ਵਿੱਚ, ਹੁਣ ਕ੍ਰਿਕਟ ਦੇ ਮੇਲਿਆਂ ਦਾ ਲੰਗਰ ਲੱਗਿਆ ਹੋਇਆ ਹੈ। ਆਹ ਪਾਲ ਪਾਉਣ ਦੇ ਸਾਹਮਣੇ ਕਹਿੰਦੇ ਫੇਰ ਕਹਿੰਦੇ ਤਿਆਰ, ਆਹ ਵਾਸਤੇ ਖੜਕਾ ਧੱਕਾ ਵੀ ਆਸੇ ਪਾਸੇ ਨਾ ਭੱਜ, ਇਹਦੀ ਹਿੱਕ ਚ ਵੱਜ ਜਿਵੇਂ ਤੂੜੀ ਵਾਲੀ ਧੁੱਪ ਚ ਝੋਟਾ ਵੱਜਦਾ ਹੈ, ਇਹਦੀ ਹਿੱਕ ਚ ਵੱਜ ਬਾਈ ਹੋਏ ਫੇਰ ਗੱਲ ਟਕਾਣੀ ਲੱਗਣੀ ਹੈ। ਆਸੇ ਪਾਸੇ ਭੱਜੇ ਤੇ ਨਹੀਂ ਖੜਾ ਛੁੱਟਣਾ, ਹੋਣਗੇ ਚਾਚੇ ਨੌਜਵਾਨਾਂ ਰਾਬਰੀਆ ਮਿੰਟੂ ਵੀ ਆਇਆ ਹੋਇਆ ਮੁੰਡਾ ਪੰਡਤਾਂ ਦਾ। ਫੈਸਲੇ ਇੱਕ ਜੁੜ ਗਿਆ, ਸਮਾਪਤ ਹੈ ਪਹਿਲੀ ਇਨਿੰਗ ਸਮਾਪਤ ਆ। ਦੱਸੋ ਜੀ ਕਿੰਨੇ ਬਣਿਆ ਤੇ ਕਿੰਨੇ ਬਣਾਉਣੇ ਆ? ਕਿਉਂਕਿ ਇੱਕ ਖਿਡਾਰੀ ਨੇ ਵੀ ਨੰਬਰ ਦਾ ਨਾ 5000 ਲੈਂਦਾ ਖੇਡਣ ਦਾ, ਫਿਰ ਟੀਮਾਂ ਦੋ ਕੁ ਵੇਲੇ ਖੇਡਦੇ, ਤੀਜੇ ਵੇਲੇ ਦੇ ਮੁੰਡੇ ਖਿੜ ਜਾਂਦੇ ਆ ਵੀ ਆਪਾਂ ਨੀ ਜਾਣਾ। ਨਰੋਲ ਦੇ ਮੇਲੇ ਹੋਣਗੇ, ਟੀਮਾਂ ਦਾ ਖਰਚਾ ਘਟੂਗਾ, ਨਵੇਂ ਖਿਡਾਰੀਆਂ ਨੂੰ ਮੌਕਾ ਮਿਲੂਗਾ ਖੇਡਣ ਦਾ, ਓਵਰ ਵਧੀਆ ਮਿਲਣਗੇ ਤੇ ਪਿਆਰ ਰਹਿਣਾ ਟੀਮਾਂ ਦੇ ਵਿੱਚ, ਏਕਾ ਰਹਿਣਾ ਹੈ ਤੇ ਨਰੋਲ ਦੇ ਮੇਲੇ ਜ਼ਰੂਰ ਕਰਾਇਆ ਕਰੋ। ਸਾਰੀਆਂ ਕਮੇਟੀਆਂ ਨੂੰ ਹੱਥ ਜੋੜ ਕੇ ਬੇਨਤੀ ਆ, ਪ੍ਰਾਈਜ਼ ਬੇਸ਼ੱਕ ਘੱਟ ਰੱਖ ਲਓ, 21,000 ਰੱਖ ਲਓ, ਬੰਨਿਆ ਨੀ ਹੈਗਾ ਵੀ ਆਪਾਂ 45,000 ਹੀ ਰੱਖਣਾ ਹੈ। ਨਰੋਲ ਦਾ ਮੇਲਾ ਜ਼ਰੂਰ ਕਰਾਇਆ ਕਰੋ, ਬੇਸ਼ੱਕ ਪ੍ਰਾਈਜ਼ ਘੱਟ ਰੱਖ ਲਓ, ਕੋਈ ਦੁੱਖ ਨੀ, ਨਰੋਲ ਦੇ ਮੇਲੇ ਹੋਣੇ ਚਾਹੀਦੇ ਆ। ਖਿਡਾਰੀਆਂ ਨੂੰ ਫੇਰ ਜਿਹੜਾ ਮੌਕਾ ਮਿਲਣਾ, ਨਵੇਂ ਖਿਡਾਰੀ ਫੇਰ ਹੀ ਅੱਗੇ ਆਉਣੇ ਆ। ਆਓ ਜੀ ਬੱਲੇਬਾਜ਼, ਦੱਸੋ ਜੀ ਟਾਰਗੇਟ ਕਿੰਨੇ ਦਾ? 68 ਬਣੇ ਆ, 69 ਕਰਨੇ ਆ। ਪ੍ਰੀਤ ਦਾ ਵੀ ਧੰਨਵਾਦ ਹੈ, ਯਾਰਾਂ ਦਾ ਯਾਰ ਹੈ ਹਰਪ੍ਰੀਤ ਦਾ ਵੀ ਕਹਿੰਦੇ ਧੰਨਵਾਦ ਹੈ। ਲਾਓ ਜੀ ਫੀਲਡਿੰਗ, ਆਓ ਜੀ ਬੱਲੇਬਾਜ਼। ਭਾਈ ਜੀ ਮੀਰਪੁਰ ਤੇ ਭੰਮਿਆਂ ਦੀਆਂ ਟੀਮਾਂ ਟੌਸ ਕਰ ਲੈਣ, ਨੀਚੇ ਚਲੇ ਜਾਣ। ਹਾਂ ਇਧਰ ਹਰਪ੍ਰੀਤ ਨਹੀਂ ਮੰਨਦਾ, ਇਹ ਵੀ ਕਹਿੰਦੇ ਸੀਤੋ ਵਾਲੇ ਸੋਨੂੰ ਵਾਂਗੂ ਪੂਰਾ ਫਿੱਟ ਹੈ, ਚਰਜੇ ਹੈ। ਹਰਪ੍ਰੀਤ ਦਾ ਧੰਨਵਾਦ ਹੈ, ਨਿੰਜੇ ਦੇ ਗਾਣੇ ਲਾ ਕੇ ਸਟੋਰੀਆਂ ਪਾਉਂਦਾ ਹੈ, ਆਉਂਦੇ ਆ ਚਰਜੇ। ਲਓ ਸਾਹਮਣੇ ਵੀ ਲੋਕਾਂ ਦੇ ਤਾਂ ਆਉਂਦੇ ਚੰਗੇ ਦਿਨ ਬੱਲੀਏ, ਦੇਖੀ ਤੇਰੇ ਯਾਰ ਦਾ ਜ਼ਮਾਨਾ ਆਊਗਾ। ਲੋਕਾਂ ਦੇ ਤਾਂ ਆਉਂਦੇ ਚੰਗੇ ਦਿਨ ਬੱਲੀਏ, ਦੇਖੀ ਤੇਰੇ ਯਾਰ ਦਾ ਜ਼ਮਾਨਾ ਆਊਗਾ। ਲਓ ਜੀ ਫਿਰਦੇ ਵੀਰ ਬਣ ਕੇ ਭੰਮੇ ਤੇ ਨਾਲ ਕਹਿੰਦੇ ਮੀਰਪੁਰ। ਭੰਮੇ ਸਲੋਰ
ਲੈ ਖੜੀਏ ਆਪਾਂ ਲਾਲੀ ਨਵੀਂ ਸ਼ਰੀਫ ਆ ਖੜੀਏ ਨੌਜਵਾਨਾਂ ਕਰਾਈਏ ਜੀ ਮੈਚ ਸ਼ੁਰੂ। ਹਾਂਜੀ ਕੀ ਹੋ ਗਿਆ ਬਾਲਾ? ਉਹਨਾਂ ਨਾਲ ਹੀ ਕਰਾ ਲੋ, ਉਹ ਵੀ ਟੱਪ ਜਾਣਗੀਆਂ। ਉਹ ਚੋਇ ਕੇ ਕਰਦਾ ਟੱਪ ਜਾਣਗੀਆਂ ਕਰਦੇ ਹੁੰਦੇ ਯਾਰ ਤੁਸੀਂ ਚੱਕ ਉਹਨਾਂ ਨਾਲ ਹੀ ਖੇਡ ਲੋ, ਖੇਡ ਲੋ ਯਾਰ। ਐਡੀ ਕਿੱਡੀ ਗੱਲ ਆ ਯਾਰ, ਉਹ ਬਥੇਰੇ ਮਾਰ ਦੂਆ, ਥੋੜਾ ਨੇੜੇ ਛੱਕਾ ਵੱਜ ਜਾ ਯਾਰ। ਉਹ ਵੀ ਲੰਗ ਲੈਂਦੇ ਯਾਰ ਪ੍ਰਾਣ, ਐਡੀ ਕਿੱਡੀ ਗੱਲ ਕਿਹੜਾ ਯਾਰ। ਰੋਲ ਯਾਰ ਖੁਦ ਤੂੰ ਪੈ ਲੋ ਯਾਰ, ਭਾਈ ਮੈਂ ਗੱਲ ਕਰੀਏ ਪਹਿਲਾਂ, ਕਿਉਂਕਿ ਕੋਈ ਬੰਦਾ ਨਾਰਾਜ਼ ਹੋ ਕੇ ਨਾ ਚਲਾ ਜਾਵੇ। ਓਏ ਅਸੀਂ ਤਾਂ ਕੋਈ ਆਬਜੈਕਸ਼ਨ ਹੀ ਨਹੀਂ ਕਰਿਆ। ਫਿਰ ਪੁਰਾਣੀਆਂ ਬਾਲਾਂ ਦੇ ਦੋ ਜੀ, ਨਵੀਆਂ ਬਾਲਾਂ ਇੱਧਰ ਲਿਆਓ ਸਾਰੀਆਂ ਮਚਾਈਆਂ ਹੋਈਆਂ। ਓਏ ਹੁਣ ਲਿਆਏ ਡੱਬਾ ਯਾਰ, ਬਾਲਾਂ ਗਈਆਂ ਮੁੱਕ, ਡੱਬਾ ਲਿਆ ਯਾਰ ਹੁਣ। ਇਹ ਬਾਲੇ ਹੀ ਨਹੀਂ ਉਹ ਕਹਿੰਦੇ ਖੇਡਾਂਗੇ, ਮੁੱਕ ਗਈਆਂ ਸੀ ਬਾਲੇ ਨਾਲ। ਅਸੀਂ ਪੁਰਾਣੀਆਂ ਨਾਲ ਖੇਡਿਆ ਬਾਈ, ਉਹ ਪੁਰਾਣੀਆਂ ਨਾਲ ਖੜਿਆ ਦੇ ਦੇ ਖੇਡੇ ਯਾਰ। ਮੇਰੀ ਟਿਕਟੀ ਇਹਦੇ ਨਾਲ ਜਮੇ ਨਹੀਂ ਕਰਿਆ ਫਸਲਾ, ਇਹ ਕਹਿੰਦੇ ਅਸੀਂ ਨਹੀਂ ਨਵੀਆਂ ਨਾਲ ਖੇਡਾਂ। ਬਾਲਾਂ ਮੁੱਕ ਗਈਆਂ ਸੀ, ਡੱਬਾ ਹੁਣ ਲਿਆਏ ਨੇ ਉਹ। ਆ ਜੋ ਤਿੰਨ ਡੱਬੇ ਲਾ ਕੇ ਤੜਕੇ ਦੇ, ਤਿੰਨ ਚਾਰ ਡੱਬੇ ਗਵਾਚ ਗਏ। ਰੋਕ ਰੋਕ ਖੇਡੀ ਜਾਓ, ਡਰਾਈਵ ਮਾਰੀ ਜਾਓ, ਚੱਕੀ ਕੀ ਗੱਲ ਹੈ। ਧੰਨਵਾਦ ਹੈ ਸਾਰੇ ਵੀਰਾਂ ਦਾ। ਪਹਿਲੀ ਵਾਰ ਤੇ ਸਰੀਰ ਦੇ ਛੱਕਾ ਮਾਰਦਾ ਰੁਪਈਆ 11,000। ਇੱਧਰ ਬਾਈ ਕਹਿੰਦੇ ਐਲਾਨ ਕਰਾਉਂਦਾ ਹੈ, ਪਿਆਰ ਹੈ ਕਿਤੇ ਸਰੀਰ ਦੇ ਨਾਲ, ਯਾਰੀ ਹੈ ਕਿਤੇ ਫੱਟੇ ਚ ਕਿਤੇ ਚਿੱਲ ਵਰਗੀ। ਉਹ ਬਾਈ ਯਾਰ ਕਰਾਓ ਮੈਚ ਸ਼ੁਰੂ, ਵੀਰ ਵਰ ਕੇ ਕਰਾਈਏ ਮੈਚ ਸ਼ੁਰੂ। ਚੱਲੀ ਜਾਂਦੇ ਬਸ, ਨਹੀਂ ਕਰਦਾ ਚੱਲ ਕੋਈ ਨੀ, ਤੱਕ ਚੱਲੋ ਲੰਗਰ। ਉਸ ਤੋਂ ਬਾਅਦ ਲੰਗਰ ਜਿਹੜਾ ਵਧਾ ਦਿੱਤਾ ਜਾਵੇਗਾ, ਖਿਡਾਰੀ ਰਹਿੰਦਾ ਲੰਗਰ ਕਾ ਸ਼ਕਣ ਕਰੀਓ ਛੱਕ ਸਕਦਾ। ਹੋ ਗਈ ਹੋ ਗਈ ਹੋ ਗਈ, ਹਾਂ 3 ਵਜੇ ਤੋਂ ਬਾਅਦ ਡੇਰੇ ਚ ਨਹੀਂ ਜਾਣਾ ਕਿਸੇ ਨੇ। ਡੈਡੀ ਕਹਿੰਦੇ ਐਲ ਈ ਡੀ ਲਾ ਕੇ ਸਾਰੇ ਮੈਚ ਲਾਏ ਦੇਖਦਾ ਹੈ।
ਯੁਵਰਾਜ ਜੋ ਵੀ ਰਵੀ ਧੰਨਵਾਦ ਆ, ਵਧੀਆ ਖਿਡਾਰੀ ਆ ਭੰਮਿਆਂ ਵਾਲਾ, ਨਾਂ ਵੱਡਾ ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਭੰਮਿਆਂ ਦੀ ਟੀਮ ਦਾ ਪਹਿਲੀ ਵਾਰ ਖੇਡ ਮੈਦਾਨ ਦੇ ਵਿੱਚ ਤੀਰਤ ਮਨੋਂ ਖੁੰਝ ਜੀ ਉਹ ਕਹਦਾ ਹਥਿਆਰ ਉਹਦੀ ਜਿੱਤ ਯਕੀਨਣ ਦੋਸਤੋ ਜਿਹੜਾ ਪਹਿਲਾਂ ਕਰਜੇ ਬਾਹਰ ਪਰ ਪਹਿਲਾ ਵਾਰ ਕਹਿੰਦੇ ਟੋਕਰ ਨੇ ਕੀਤਾ ਸੀ ਤੇ ਜਿੱਤ ਕਹਿੰਦੇ ਜੋੜੇ ਪਾਉਂਦੀ ਹੋਈ ਹੈ ਇਤਿਹਾਸ ਦੀਆਂ ਕਹਿੰਦੇ ਗੱਲਾਂ ਨੇ ਤਾਂ ਪਹਿਲੀ ਵਾਰ ਪਾਉਂਦੀ ਤਿਆਰ ਭਾਈ ਯਾਰ ਕਰਾਓ ਯਾਰ ਮੈਚ ਸ਼ੁਰੂ ਨੌਜਵਾਨ ਬਾਲ ਪਾਉਂਦੇ ਕਹਿੰਦੇ ਤਿਆਰ ਹੈ ਦੂਜੇ ਪਾਸੇ ਕਹਿੰਦੇ ਸ਼ੇਖਪੁਰਾ ਪਿੰਡ ਆ ਖਿਡਾਰੀ ਦਾ ਇਹ ਸਲੀਮ ਆ ਕਹਿੰਦੇ ਸ਼ੇਖਪੁਰੇ ਪਿੰਡ ਦਾ ਵੱਡਾ ਮੱਲ ਹੈ ਕਹਿੰਦੇ ਅੱਜ ਦੇ ਟਾਈਮ ਦਾ ਲਓ ਸਾਹਮਣੇ ਪਹਿਲੀ ਵਾਰ ਤੇ ਪਹਿਲੀ ਜੇ ਕਹਿੰਦੇ ਸਲੀਮ ਆਟੋ ਕੇ ਵਾਪਸ ਹੈ ਲਓ ਕਹਿੰਦੇ ਪਹਿਲੀ ਵਾਰ ਕਹਿੰਦੇ ਸਲੀਮ ਕਹਿੰਦੇ ਸ਼ੇਖਪੁਰੇ ਵਾਲਾ ਵੱਡੀ ਵਿਕਟ ਦਾ ਕਹਿੰਦੇ ਪਾਤਰ ਹੋਇਆ ਤੇ ਸਲੀਮ ਕਹਿੰਦੇ ਆਟੋ ਕੇ ਵਾਪਸ ਹੈ ਆਓ ਜੀ ਅਗਲਾ ਖਿਡਾਰੀ ਸ਼ੇਖਪੁਰੇ ਦੀ ਟੀਮ ਦਾ ਲਾਲੀ ਆ ਗਿਆ ਸ਼ੇਖਪੁਰੇ ਵਾਲਾ ਲਾਲੀ ਆ ਗਿਆ ਖੇਡ ਗਰਾਊਂਡ ਦੇ ਵਿੱਚ ਜ਼ਿੰਮੇਦਾਰੀ ਕਹਿੰਦੇ ਆਹ ਮੁੰਡੇ ਜਾ ਕੇ ਖੜ ਗਿਆ ਤੇ ਸਲੀਮ ਕਹਿੰਦੇ ਆਟੋ ਕੇ ਵਾਪਸ ਹੈ ਹੁਣ ਮੈਚ ਕਹਿੰਦੇ ਅੰਡ ਤੱਕ ਲੱਗਣਾ ਹੈ ਹੁਣ ਚਰਚੇ ਹੋਣੀਆਂ ਹੁਣ ਗੱਲਾਂ ਹੋਣਗੀਆਂ ਉਹ ਸਾਹਮਣੇ ਕਹਿੰਦੇ ਪਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਹੈ ਲਾਲੀ ਆ ਕਹਿੰਦੇ ਸ਼ੇਖਪੁਰੇ ਵਾਲਾ ਅੱਜ ਦੇ ਟਾਈਮ ਦਾ ਕਹਿੰਦੇ ਬਹੁਤ ਵੱਡਾ ਮਹੱਲਾ ਹੈ ਆਹ ਨੌਜਵਾਨ ਦੇ ਕਹਿੰਦੇ ਬਹੁਤ ਵੱਡੇ ਚਰਚੇ ਹੁੰਦੇ ਆ ਇਹ ਆ ਲਾਲੀ ਕਹਿੰਦੇ ਸ਼ੇਖਪੁਰੇ ਪਿੰਡ ਦਾ ਵੀ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ ਲਾਓ ਸਾਹਮਣੇ ਹਲਕਾ ਐਜ ਲੱਗਿਆ ਤੇ ਰਨ ਕਹਿੰਦੇ ਦੋ ਜੁੜ ਗਿਆ ਹਲਕਾ ਕਹਿੰਦੇ ਅੱਜ ਲੱਗਿਆ ਤੇ ਦੋ ਰਨ ਦਾ ਕਹਿੰਦੇ ਵਾਧਾ ਕਰ ਦਿੱਤਾ ਹੈ ਖੇਡ ਦੇ ਗਰਾਊਂਡ ਦੇ ਵਿੱਚ ਸਾਰੇ ਵੀਰਾਂ ਦਾ ਕਹਿੰਦੇ ਧੰਨਵਾਦ ਹੈ ਅੱਜ ਕਹਿੰਦੇ ਵੀਰ ਵਾਲੇ ਜੱਟਾਂ ਦੀ ਧਰਤੀ ਵੱਡਾ ਮੇਲਾ ਕਹਿੰਦੇ ਬਾਬੇ ਸੁੰਦਰਪੁਰੀ ਦੀ ਕਹਿੰਦੇ ਬਹੁਤ ਵੱਡੀ ਕਿਰਪਾ ਹੈ ਆਹ ਪਿੰਡਾਂ ਦੇ ਉੱਪਰ ਮੇਰੇ ਮਿੱਤਰ ਵੱਡੇ ਕਹਿੰਦੇ ਚਰਜੇ ਹੁੰਦੇ ਆ ਤਾਂ ਉਸ ਸਾਹਮਣੇ ਕਹਿੰਦੇ ਪਾਲਾਂ ਪੈਂਦੀਆਂ ਨੇ ਛੱਕੇ ਭੱਜਦੇ ਆ ਦੁਨੀਆਂ ਨੰਦ ਮਾਣਦੀ ਆ ਤਾਂ ਉਸ ਸਾਹਮਣੇ ਦੇਖਾਂਗੇ ਆਹ ਬਾਲਕ ਦੇ ਟੌਪ ਦੀ ਜਿਹੜੀ ਕਹਿੰਦੇ ਖਿਡਾਰੀ ਨੇ ਪਾਈ ਆ ਖੇਡ ਦੇ ਮੈਦਾਨ ਦੇ ਵਿੱਚ ਵੀ ਸਾਬਣ ਸਰਪ ਕਿੰਨਾ ਮਰਜ਼ੀ ਚੰਗਾ ਹੋਵੇ ਬਿਨਾਂ ਪਾਣੀ ਤੋਂ ਕੱਪੜਾ ਨਹੀਂ ਧੋ ਸਕਦਾ ਕੱਢ ਕੇ ਬੀਜੇ ਤੇਲ ਮਸ਼ੀਨਰੀ ਦਾ ਡਰਾਈਵਰ ਕਾਮਯਾਬ ਨਹੀਂ ਹੋ ਸਕਦਾ ਰਾਜੂ ਪਿੱਛੋਂ ਹੋਈਆਂ ਜਿਸ ਕਾਰਨ ਭੁੱਖੇ ਜਨਾਨੀ ਦੀ ਬੰਦਾ ਇੱਕ ਠੋਕ ਕੇ ਗੱਲ ਨਹੀਂ ਕਹਿ ਸਕਦਾ ਰਾਜੂ ਪਿੱਛੋਂ ਹੋਈਆਂ ਜਿਸ ਕਾਰਨ ਭੁੱਖੇ ਜਨਾਨੀ ਦੀ ਬੰਦਾ ਇੱਕ ਠੋਕ ਕੇ ਗੱਲ ਨਹੀਂ ਕਹਿ ਸਕਦਾ ਕਹਿੰਦੇ ਪਿੱਛੋਂ ਨੇ ਪਿੰਡ ਦੇ ਰਾਜੂ ਨੇ ਕਹਿੰਦੇ ਲਿਖਿਆ ਵੱਡਾ ਲਿਖਾਰੀ ਹੈ ਕਹਿੰਦੇ ਅੱਜ ਦੇ ਟਾਈਮ ਦਾ ਕਹਿੰਦੇ ਸ਼ਿੰਗਾਰ ਪਿੱਛੋਂ ਦੀ ਗੱਲ ਅੱਜ ਦੇ ਮਾਨਸਾ ਦੇ ਵਿੱਚ ਹੋਈ ਹੈ ਪਰ ਬਾਲ ਪਾਉਂਦੀ ਕਹਿੰਦੇ ਮੁੰਡਾ ਖੇਡ ਦੇ ਗਰਾਊਂਡ ਦੇ ਵਿੱਚ ਕਹਿੰਦੇ ਤਿਆਰ ਹੈ ਸ਼ੇਖਪੁਰਾ ਪਿੰਡ ਹੈ ਕਹਿੰਦੇ ਲਾਲੀ ਦਾ ਕਦੇ ਕਹਿੰਦੇ ਚੁਰਾਵਾਂ ਨੇ ਲਾਲੀ ਦਾ ਚੱਕਰ ਹੋਇਆ ਕਦੇ ਲਾਲੀ ਕਹਿੰਦੇ ਟਾਲਾ ਵਾਲਾ ਔਰ ਕਹਿੰਦੇ ਮੁੰਡਾ ਤਗੜਾ ਖੇਡਿਆ ਲੁਧਿਆਣੇ ਦਾ ਖਿਡਾਰੀ ਖੰਨੇ ਦੇ ਇਲਾਕੇ ਦਾ ਸਮਰਾਲੇ ਇਲਾਕੇ ਦੀ ਗੱਲ ਹੁੰਦੀ ਹੈ ਲਾਲੀ ਨੇ ਕਹਿੰਦੇ ਰੰਗ ਜਿਹੜੇ ਕਹਿੰਦੇ ਜੋੜ ਦਿੱਤੇ ਆਪਣੇ ਟੀਮ ਦੇ ਲਈ ਚਾਰ ਜ਼ੋਰਦਾਰ ਜਿਹੜਾ ਕਹਿੰਦੇ ਵਾਧਾ ਕਰ ਦਿੱਤਾ ਹੈ ਖੇਡ ਦੇ ਗਰਾਊਂਡ ਦੇ ਵਿੱਚ ਮੇਰੇ ਮਿੱਤਰ ਇਹ 8:30 ਵਾਲਾ ਜਿਹੜਾ ਟਾਈਮ ਚੱਕਦਾ ਉਹ ਕਰਦਾ ਨੀ ਦੇਸ਼ ਲਈ ਤਰੱਕੀਆਂ ਹੋ ਕੇ ਗੱਭਰੂ ਜਾਂ ਡਰੇ ਵੱਧ ਤੋਂ ਦੇਸ਼ ਲਈ ਅੜਾਊ ਕਿੱਥੋਂ ਤਰੱਕੀਆਂ
ਚੱਕਾਂ ਵਾਲੀਆਂ ਜਿਵੇਂ ਪਹਾੜਾਂ ਨਾਲ ਲੋਹੇ ਪੈਂਦੀਆਂ ਰਿਓ ਮਿਲਦੇ ਬਾਜ਼ਾਰੋਂ ਮੁੱਲ ਹੱਟੀਆਂ ਚੱਕਾਂ ਵਾਲੀਆਂ ਜਿਵੇਂ ਪਹਾੜਾਂ ਨਾਲ ਲੋਹੇ ਪੈਂਦੀਆਂ ਰਿਓ ਮਿਲਦੇ ਬਾਜ਼ਾਰੋਂ ਮੁੱਲ ਹੱਟੀਆਂ ਲਓ ਟੱਕਰ ਬਰਾਬਰ ਦੇ ਪੈਂਦੀ ਵਾਲ ਲਓ ਸਾਹਮਣੇ ਦੇਖਾਂਗੇ ਦੇਖਾਂਗੇ ਬਾਲ ਕਹਿੰਦੇ ਟੋਪ ਦੀ ਜਿਹੜੀ ਕਹਿੰਦੇ ਖਿਡਾਰੀ ਨੇ ਪਾਈ ਆ ਤੇ ਕਮਾਲ ਕਰ ਦਿੰਦੀ ਆ ਪਹਿਲਾ ਓਵਰ ਕਹਿੰਦੇ ਸਮਾਪਤ ਆ ਦੱਸੋ ਜੀ ਕਿੰਨੇ ਹੋ ਗਏ ਆ ਛੇ ਹਰਪ੍ਰੀਤ ਆ ਗਿਆ ਥੱਲੇ ਥੱਲੇ ਪਿਆ ਹਰਪ੍ਰੀਤ ਦਾ ਤੈਨੂੰ ਮੈਂ ਦਾ ਕੀੜਾ ਫੜੀ ਜਾਂਦਾ ਹਰਪ੍ਰੀਤ ਕਿੰਨੇ ਰਨ ਇਹਨਾਂ ਦੇ 6 ਹੋ ਗਏ ਸ਼ਾਟ ਮਾਰੀ ਚਲੀ ਲੱਭੀ ਯਾਰ ਕੋਈ ਗੱਲ ਨਹੀਂ ਯਾਰ 70 ਕਰ ਰਾਜੇ ਜੀ ਮੈਂ ਸ਼ੁਰੂ ਜਲਦੀ ਦੇ ਨਾਲ ਕਰਾ ਦੀ ਆਪਾਂ ਮੈਂ ਸ਼ੁਰੂ ਬਹੁਤ ਵੱਡਾ ਕਿਤੇ ਧੰਨਵਾਦ ਹੈ ਸਾਰੇ ਯਾਰਾਂ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਕਿਤੇ ਧੰਨਵਾਦ ਹੈ ਕਾਲ ਪਾਉਣ ਦੇ ਕਿਤੇ ਖਿਡਾਰੀ ਕਿਤੇ ਤਿਆਰ ਪਰ ਤਿਆਰ ਹੈ ਖੇਡ ਗਰਾਊਂਡ ਦੇ ਵਿੱਚ ਨੀਚੇ ਤੇ ਕਰਦੀ ਹੋਣੀ ਪੜ ਕੇ ਚੈਤ ਤਰਾਣੀ ਨੂੰ ਛੱਟ ਫਲੈਟ ਚੜ ਗਈ ਰੂਹਾਂ ਦੇ ਹਾਣੀ ਨੂੰ ਸ਼ਹਿਰ ਮਾਨਸਾ ਕੀਤੇ ਵਾਹਦੇ ਕਸਮਾਂ ਤੋੜ ਗਏ ਹਰਜਿੰਦਰ ਮਾਨ ਨੇ ਰੂਹਾਂ ਤੱਕ ਸੀ ਸੋਚਿਆ ਉਹਦੇ ਛੱਲੇ ਮੋੜ ਗਈ ਹਰਜਿੰਦਰ ਮਾਨ ਨੇ ਰੂਹਾਂ ਤੱਕ ਸੀ ਸੋਚਿਆ ਉਹਦੇ ਛੱਲੇ ਮੋੜ ਗਈ ਪਰ ਸ਼ੱਕਾ ਕਦੇ ਬਚ ਗਿਆ ਕਾਹਦੀ ਆ ਗੱਲ ਕਦੇ ਟਿਕਾਣੇ ਖੇਡਦੇ ਗਰਾਊਂਡ ਦੇ ਵਿੱਚ ਹਰਪ੍ਰੀਤ ਕੀੜਾ ਕਦੇ ਮਲਕਾਣੇ ਵਾਲਾ ਬਾਲਾ ਪਾਉਂਦਾ ਵੀ ਜੂਏ ਬਾਜੀਆਂ ਦੇ ਨਾਲ ਨਹੀਂਓ ਘਰ ਚੱਲਦੇ ਜਿੱਥੋਂ ਪਾਲੂਗਾ ਚਵਾਰੇ ਉਹ ਖੇਡ ਖੇਡ ਕੇ ਢੇਲੇ ਦੀ ਇੱਜ਼ਤ ਨਹੀਂਓ ਉਸ ਬੰਦੇ ਦੀ ਲੰਘੇ ਜੋ ਜਨਾਨੀਆਂ ਨੂੰ ਸ਼ੇਰ ਸ਼ੇਰ ਕੇ ਚੱਕ ਭਾਈ ਮੇਰਾ ਕਾਮਯਾਬੀ ਮੇਰਦਾਂ ਦੇ ਗੋਡਿਆਂ ਤੇ ਰੇੜ ਰੇੜ ਕੇ ਚੱਕ ਭਾਈ ਜਰਾ ਕਾਮਯਾਬੀ ਮਸਾਂ ਮਿਲਦੀ ਮੇਰਦਾਂ ਦੇ ਗੋਡਿਆਂ ਤੇ ਰੇੜ ਰੇੜ ਕੇ ਚੱਕਾਂ ਵਾਲਾ ਕਹਿੰਦੇ ਸੰਦੀਪ ਲਿਖਦਾ ਹੈ ਪੱਟਾ ਲਿਖਾਰੀਆ ਕਹਿੰਦੇ ਅੱਜ ਦੇ ਟਾਈਮ ਨਾਲ ਕੀੜਾ ਕਹਿੰਦੇ ਪਲਕਾਣੇ ਵਾਲਾ ਇਹਦਾ ਵੀ ਕਹਿੰਦੇ ਸਮਾਂ ਚੱਲਦਾ ਹੈ ਇਹਦਾ ਵੀ ਕਹਿੰਦੇ ਦੌਰ ਚੱਲਦਾ ਹੈ ਇਹਦੇ ਵੀ ਚਰਚੇ ਆਏ ਉਹ ਕੀੜਾ ਕਹਿੰਦੇ ਪਲਕਾਣੇ ਵਾਲਾ ਉਹ ਸਾਹਮਣੇ ਕਹਿੰਦੇ ਬਾਲਾ ਪਾਉਂਦਾ ਹੈ ਅੱਜ ਦੇ ਟਾਈਮ ਦਾ ਕਹਿੰਦੇ ਮੰਨਿਆ ਪਰ ਮੰਨਿਆ ਖਿਡਾਰੀ ਹੈ ਬਾਲ ਕਹਿੰਦੇ ਸਿਰੇ ਦੀ ਜਿਹੜੀ ਕਹਿੰਦੇ ਖਿਡਾਰੀ ਨੇ ਕਹਿੰਦੇ ਪਾਈ ਆ ਖੇਡਦੇ ਮਨੋਰ ਦੇ ਵਿੱਚ ਮੇਰੇ ਮਿੱਤਰ ਵੇਲਾ ਕਹਿੰਦੇ ਟੋਪ ਦਾ ਕਹਿੰਦੇ ਖੇਡਿਆ ਜਾ ਰਿਹਾ ਵੀ ਨਾ ਇੱਧਰ ਦੇ ਨਾ ਉੱਧਰ ਦੇ ਸਾਰੇ ਬਣੇ ਆ ਚੌਧਰ ਦੇ ਨਾ ਇੱਧਰ ਦੇ ਨਾ ਉੱਧਰ ਦੇ ਔਰ ਸਾਰੇ ਬਣੇ ਆ ਚੌਧਰ ਦੇ ਆਓ ਸਾਹਮਣੇ ਵੇਖਾਂਗੇ ਅਪੀਲਾਂ ਦੇ ਦਲੀਲਾਂ ਨੇ ਪਰ ਨਹੀਂ ਮੰਨਦਾ ਅਪੀਲਾਂ ਦੇ ਕਹਿੰਦੇ ਦਲੀਲਾਂ ਨੇ ਨਹੀਂ ਮੰਨਦਾ ਹੈ ਧੰਨਵਾਦ ਹੈ ਕਹਿੰਦੇ ਸਾਰੇ ਯਾਰਾਂ ਮਿੱਤਰਾਂ ਦਾ ਵੀ ਜਿਉਂਦੇ ਅਣਖਾਂ ਦੇ ਨਾਲ ਜਿਹੜੇ ਭੁੱਲਦੇ ਨੀ ਆਪਣੀ ਔਕਾਤ ਨੂੰ ਕਈ ਝਾੜਦੇ ਨੇ ਜਾ ਕੇ ਗੁਰੂ ਘਰੇ ਜੋੜੇ ਪਰ ਕੱਢਦੇ ਨਾ ਦਿਲੋਂ ਜਾਤ ਪਾਤ ਨੂੰ ਚੱਕਾਂ ਵਾਲੇ ਆ ਕੋਈ ਸੁੱਚੇ ਸੱਚੇ ਬਣੇ ਫਿਰਦੇ ਪਰ ਝੱਕ ਵਾਲਿਆਂ ਨੂੰ ਹਰਦੇ ਨਾ ਰਾਤ ਨੂੰ ਚੱਕਾਂ ਵਾਲੇ ਆ ਕੇ ਸੁੱਚੇ ਸੱਚੇ ਬਣੇ ਫਿਰਦੇ ਹੈ ਝੱਕ ਵਾਲਿਆਂ ਨੂੰ ਹਰਦੇ ਨਾ ਰਾਤ ਨੂੰ ਬਾਕੀ ਗੱਲ ਸਹੀ ਹੈ ਸੰਦੀਪ ਚੱਕ ਭਾਈਕੇ ਵਾਲਾ ਜਦੋਂ ਵੀ ਲਿਖਦਾ ਹੈ ਤੇ ਫਿਰ ਵਧੀਆ ਵਧੀਆ ਲੈਣਾ ਲਿਖਦਾ ਹੈ ਤੇ ਚਰਚੇ ਕਹਿੰਦੇ ਹੁੰਦੇ ਆ ਬਾਲ ਪਾਉਣ ਦੀ ਕਹਿੰਦੇ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਤਿਆਰ ਹੈ ਦੱਸੋ ਜੀ ਕਿੰਨੇ ਹੋ ਗਏ ਦੋ ਓਵਰ ਹੋ ਗਿਆ ਜੀ ਕਲੀਅਰ ਪਹਿਲਾਂ ਜੀ ਸ਼ਾਲੂ ਓਏ
ਸ਼ਾਲੂ ਸ਼ਾਲੂ ਐ ਲੈ ਬਾਈ ਓਏ ਸ਼ਾਲੂ ਐ ਪੋਤੀ ਮਰ ਗਿਆ ਤੇ ਸਮਝ ਲੋ ਮਰ ਗਿਆ ਓਏ ਸ਼ਾਲੂ ਐ ਫੈਸਲਾ ਪੈਰ ਨੇ ਦਿੱਤਾ ਹੈ ਉਹ ਮੰਨਣਾ ਪੈਣਾ ਹੈ ਦੇਤਾ ਦੇਤਾ ਯਾ ਪੈਰ ਨੇ ਕਹਿਤਾ ਬੈੜਾ ਯਾਰ ਉਹ ਬੈੜ ਨਹੀਂ ਦਿੱਤਾ ਚਿੱਟੀ ਐ ਤੇ ਚਿੱਟੀ ਐ ਬੈੜ ਦੇਤਾ ਤੀਰਾਂ ਨੂੰ ਓਏ ਨਹੀਂ ਦਿੱਤੀ ਕੋਈ ਨਹੀਂ ਮੇਰੇ ਕੋਲ ਇਹ ਵਾਲਾ ਜੱਟਾ ਪਿੰਡ ਪਠੰਡੇ ਦੇ ਵਿੱਚ ਆ ਫਿਰ ਪਠੰਡੇ ਜੀ ਮੰਨਣਾ ਪੈਣਾ ਹੈ ਆ ਪੈਰ ਦਾ ਫੈਸਲਾ ਕੱਲ ਹੋਣਾ ਹੈ ਨਾਲੇ ਅੱਜ ਹੋਣਾ ਤੇ ਨਾਲੇ ਕੱਲ ਹੋਣਾ ਹੈ ਸਾਰੇ ਵੀਰਾਂ ਦਾ ਕਹਿੰਦੇ ਧੰਨਵਾਦ ਹੈ ਜਿੰਨੇ ਭਰਾਵਾਂ ਨੇ ਕਹਿੰਦੇ ਅੱਜ ਦੇ ਮੇਲੇ ਦੇ ਬਹੁਤ ਵੱਡੇ ਕਹਿੰਦੇ ਯੋਗਦਾਨ ਜਿਹੜੇ ਕੋਈ ਨੇ ਕੀਤੇ ਆ ਸਾਰੇ ਨਗਰ ਦਾ ਕਹਿੰਦੇ ਧੰਨਵਾਦ ਹੈ ਕਰਾਈਏ ਜੀ ਮੈਂ ਸ਼ੁਰੂ ਭਾਈ ਜੀ ਖੜੀਏ ਵੀਰ ਬਣ ਕੇ ਆਪਾਂ ਆ ਪੰਜ ਰਹਿੰਦੇ ਨੇ ਰੋਜ਼ ਰੁਪਏ ਨਹੀਂ ਕਰਨੇ ਪੰਜ ਨਹੀਂ ਵੱਜਦੇ ਬਲਕਾਰੀ ਵਾਲੇ ਪੀੜੇ ਨੂੰ ਬੇਨਤੀ ਆ ਜੀ ਲਾਓ ਫਿਰਦਾਂ ਦਾ ਪਰ ਬੈੜੀ ਹੈ ਰੁੱਤੋਂ ਦੀ ਭਾਈ ਰੁੱਤੋਂ ਦੀ ਬੈੜਾ ਹੁਣ ਅੰਗਲੇ ਦਵਨ ਲਾਉਣਾ ਓ ਯਾਰ ਦੇ ਕੀ ਦੇਦੀ ਆ ਤੂੰ ਆਇਆ ਕਦੋਂ ਕਰਦੇ ਹੋ ਲੋਕੀ ਜਿਗੇ ਜੂਆ ਭਾਈ ਤੈਨੂੰ ਨਹੀਂ ਪਤਾ ਤੂੰ ਸੈਮੀ ਨਹੀਂ ਖੇਡਾ ਖੰਡੇ ਖੇਡਿਆ ਗਾ ਕੌਣ ਖੇਡਣਾ ਓ ਭਾਈ ਯਾਰ ਖੜ ਜਾਣਾ ਵੀ ਆ ਕੇ ਯਾਰ ਆ ਇੱਥੇ ਕਿਉਂ ਕਰੀ ਬੈੜ ਦਾ ਬੈੜ ਹੀ ਹੁੰਦੀ ਆ ਆਏ ਭਾਈ ਕਰ ਸੁੱਖੀ ਭਾਵੇਂ ਜੀ ਤੁਸੀਂ ਆਪਣਾ ਡਿਸੀਜਨ ਦੱਸ ਦੋ ਕੀ ਹੈ
ਪਲਸ ਫੋਨ ਮਿਲ ਕੇ ਅਡਾਰੀ ਮਾਰ ਜਾਣਾ ਚੜ੍ਹਦੇ ਸਿਆਲੇ ਬੱਲੀਏ ਛੱਡ ਕੇ ਢੀਖੀ ਵਾਲਾ ਤੁਰ ਗਏ ਕੀ ਤਾਰਨਗੇ ਤੈਨੂੰ ਪਟਿਆਲੇ ਗੋਰੀਏ ਛੱਡ ਕੇ ਢੀਖੀ ਵਾਲਾ ਤੁਰ ਗਈ ਕੀ ਤਾਰਨਗੇ ਤੈਨੂੰ ਪਟਿਆਲੇ ਗੋਰੀਏ ਕੱਲ ਸਾਹਮਣੇ ਕਹਿੰਦੇ ਬਾਲਾ ਬਲਕਾਣੇ ਵਾਲਾ ਪਾਉਂਦਾ ਹੈ ਇਹਦਾ ਨਾਂ ਚੱਲਦਾ ਇਹਦੀਆਂ ਚੱਲਾਂ ਹੁੰਦੀਆਂ ਨੇ ਉਹ ਬਲਕਾਣੇ ਵਾਲਾ ਕੱਲ ਸਾਹਮਣੇ ਕਵਰ ਤੇ ਛੱਡ ਖੇਡਿਆ ਹੈ ਰਣ ਕਹਿੰਦੇ ਚਾਰ ਦੇ ਵਾਧੇ ਕਹਿੰਦੇ ਖਿਡਾਰੀ ਨੇ ਕਰ ਦਿੱਤੇ ਆ ਖੇਡ ਦੇ ਗਰਾਊਂਡ ਦੇ ਵਿੱਚ ਮੇਰੇ ਮਿੱਤਰ ਇਹਦਾ ਕਹਿੰਦੇ ਟਾਪਦਾ ਪ੍ਰਬੰਧ ਵੀ ਕਹਿੰਦੇ ਟਾਪਦੇ ਆ ਖਿਡਾਰੀ ਵੀ ਕਹਿੰਦੇ ਟਾਪਦੇ ਆ ਓਏ ਪੀਰ ਵਾਲੇ ਚੱਟਾਂ ਦੇ ਵਿੱਚ ਕਹਿੰਦੇ ਰੌਣਕ ਲੱਗੀ ਆ ਵੱਡੇ ਵੱਡੇ ਮੱਲ ਕਹਿੰਦੇ ਅੱਜ ਆਏ ਆ ਖੇਡ ਟਾਸਕੋ ਦੇ ਦੱਸੋ ਜੀ ਕਿੰਨੇ ਹੋ ਗਏ ਓਵਰ 16 ਬਣ ਗਏ ਆ ਬਈ ਗਾਣੇ ਬੰਦ ਕਰੀ ਓਏ ਸਮਾਪਤ ਹੈ 16 ਬਾਬੇ ਜੋਗੀ ਪੀਰ ਦੀ ਵੱਡੀ ਕਿਰਪਾ ਕਹਿੰਦੇ ਚਿਹਰਾ ਦੇ ਮੁੰਡਿਆਂ ਦੇ ਉੱਪਰ ਬਰਿੰਦਰ ਦੇ ਕਹਿੰਦੇ ਬੱਬੂ ਦੀਆਂ ਗੱਲਾਂ ਹੁੰਦੀਆਂ ਨੇ ਪਿਛਲੇ ਦਿਨ ਕਹਿੰਦੇ ਧੀਰੇ ਦਾ ਹੈਪੀ ਬਰਥਡੇ ਨਾ ਕਿਹਾ ਗਿਆ ਅੱਜ ਬੱਬੂ ਮਲੇਸ਼ੀਆ ਦਾ ਹੈਪੀ ਬਰਥਡੇ ਆ ਬਹੁਤ ਵੱਡੀ ਮੁਬਾਰਕਬਾਦ ਆ ਭਰਾ ਸਾਡੇ ਨੂੰ ਵੀ ਦੋਨਾਂ ਨੇ ਬਣਾਇਆ ਪਾਸ ਪੋਟ ਮਿਲ ਕੇ ਅਡਾਰੀ ਮਾਰ ਜਾਣਾ ਚੜ੍ਹਦੇ ਸਿਆਲੇ ਵੱਲੀਏ ਛੱਡ ਕੇ ਭੀਖੀ ਵਾਲਾ ਤੁਰ ਗਏ ਕੀ ਤਾਰਨਗੇ ਤੈਨੂੰ ਪਟਿਆਲੇ ਗੋਰੀਏ ਛੱਡ ਕੇ ਭੀਖੀ ਵਾਲਾ ਤੁਰ ਗਏ ਤਾਰਨਗੇ ਤੈਨੂੰ ਪਟਿਆਲੇ ਗੋਰੀਏ ਲਓ ਸਾਹਮਣੇ ਬਾਲਾਂ ਪੈਂਦੀਆਂ ਨੇ ਛੱਕੇ ਵੱਜਦੇ ਆ ਦੁਨੀਆਂ ਕਦੇ ਜੁੜੀ ਬੈਠੀ ਆ ਔਰ ਕਦੇ ਫੱਟੇ ਕੱਪ ਦੇ ਨਾਲ ਔਰ ਸਾਹਮਣੇ ਇੱਕ ਵਾਰੀ ਫੇਰ ਔਰ ਸਾਹਮਣੇ ਵੇਖਾਂਗੇ ਵੇਖਾਂਗੇ ਸ਼ਾਟ ਇਹ ਟਰਾਈ ਕਹਿੰਦੇ ਵੱਡੀ ਆ ਇਹ ਭੰਮਿਆਂ ਕਦੇ ਦੌੜਨਾ ਇਹਨੇ ਵੀ ਕਦੇ ਦੋ ਭਾਸ਼ਣ ਮਸ਼ੀਨਾਂ ਜਿੱਤੀਆਂ ਨੇ ਕਈ ਐਲਈਡੀਆਂ ਦਾ ਕਦੇ ਜੇਤੂ ਬਣਿਆ ਹੈ ਇਹਦਾ ਕਦੇ ਨਾਂ ਚੱਲਦਾ ਹੈ ਅੱਜ ਦੇ ਮੇਲਿਆਂ ਦੇ ਉੱਪਰ ਤੇ ਚਰਚੇ ਕਦੇ ਹੁੰਦੇ ਆ ਵੱਡੇ ਵੱਡੇ ਕੱਪਾਂ ਦਾ ਕਹਿੰਦੇ ਰੈਸਟ ਬਣਦਾ ਹੈ ਉਹ ਸਾਹਮਣੇ ਕਹਿੰਦੇ ਪਾਲ ਪਾਉਂਦੇ ਫਿਰ ਕਹਿੰਦੇ ਨੌਜਵਾਨ ਕਹਿੰਦੇ ਤਿਆਰ ਹੈ ਟੱਕਰ ਕਹਿੰਦੇ ਬਰਾਬਰ ਦੀ ਭੱਲੇ 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 ਔਰ ਸਾਹਮਣੇ ਨੰਬਰ ਵਾਲਾ ਖੜਕਾ ਵਰਕਾ ਐਂ ਹੁੰਦਾ ਹੈ ਜਿਵੇਂ ਤੰਦੂਰ ਤੇ ਰੋਟੀਆਂ ਪੈਂਦੀਆਂ ਹੋਣ ਔਰ ਖੜਕਾ ਵਰਕਾ ਕਹਿੰਦੇ ਐਂ ਹੁੰਦਾ ਹੈ ਜਿਵੇਂ ਤੰਦੂਰ ਤੇ ਰੋਟੀਆਂ ਪੈਂਦੀਆਂ ਹੋਣ ਵੱਲੇ ਵੱਲੇ ਕਰਵਾ ਦੀ ਹੈ ਸਹੀ ਹੈ ਮਾਰੀ ਚੱਲ ਜਾਣ ਹਾਂ ਰਾਜਾ ਸਿੱਧੂ ਕਹਿੰਦੇ ਉਹ ਆਪਣੇ ਪੈਸੇ ਜ਼ਰੂਰ ਪ੍ਰਾਪਤ ਕਰ ਲਏਗਾ ਮੈਚ ਤੋਂ ਬਾਅਦ ਬੜੀ ਮਿਹਰਬਾਨੀ ਹੋਣੀ ਆ ਗਿਆਨੀ ਪਿੰਡ ਵਾਲੇ ਮੁੰਡਿਆਂ ਦੀ ਗੱਲ ਹੁੰਦੀ ਆ ਕਦੇ ਤਿਉਣੇ ਪਿੰਡ ਵਾਲੇ ਨੰਬਰਦਾਰ ਦੀ ਚਰਚੀ ਹੁੰਦੀ ਆ ਲਓ ਸਾਹਮਣੇ ਪੈ ਗਈ ਬਾਲ ਬੱਲੇ ਪਰ ਬਾਲ ਜਿਹੜੀ ਵਾਇਰਾ ਹੈ ਲਈ ਆਸੇ ਪਾਸੇ ਨਾ ਭੱਜ ਬਲਕਾਰੀ ਵਾਲੀ ਆ ਇਹਦੀ ਹਿੱਕ ਚ ਵੱਜ ਜਿਵੇਂ ਸ਼ਾਮ ਨੂੰ ਸ਼ਰਾਬੀ ਠੇਕੇ ਤੇ ਵੱਜਦਾ ਹੈ ਫਿਰ ਗੱਟ ਗਾਣੀ ਲੱਗੂ ਆਸੇ ਪਾਸੇ ਭੱਜੇ ਤੁਹਾਡੀ ਛੱਡਣਾ ਖਹਿਰਾ ਸਿਆਣਾ ਪਾਣਾ ਪੈਣਾ ਹੈ ਨਹੀਂ ਕਾਲਿਆ ਮੇਲਾ
ਮੈਦਾਨੀ ਛੋਲੀਆਂ ਛੱਡਣ ਦੇ ਸਾਡੀ ਰੱਬ ਨੇ ਡਿਊਟੀ ਲਾਈ ਹੈ, ਲਾਉਣ ਦੀ ਸਾਡੀ ਰੱਬ ਨੇ ਡਿਊਟੀ ਲਾਈ ਹੈ ਚੌਕੇ ਦੇ ਛੱਕੇ ਲਾਉਣ ਦੀ। ਸਾਹਮਣੇ ਲਾ ਦੀਆਂ ਨੇ ਗੱਲਾਂ ਟਿਕਾਣੇ ਤੇ ਮੈਚ ਕਹਿੰਦੇ ਚੋਟੀ ਦਾ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਹੈ। ਖੇਡ ਦੇ ਗਰਾਊਂਡ ਦੇ ਵਿੱਚ ਵੱਡੇ ਵੱਡੇ ਵਾਅਦੇ ਕਰ ਸੁਫਨੇ ਦਿਖਾਏ, ਕਰ ਜੀ ਤੂੰ ਜਮਾ ਚੂਰ ਚੂਰ ਨੀ ਆਇਆ ਸ਼ਗਨਾਂ ਦਾ ਚੂੜਾ ਕਿਸੇ ਹੋਰ ਦਾ ਛੱਡ ਕੇ ਤੂੰ ਚੱਕਾਂ ਵਾਲਾ ਹੋ ਗਈ ਦੂਰ ਨੀ ਯਾਰ ਤੈਨੂੰ ਹੁਣ ਕਿੱਥੇ ਆਵੇ ਮਾਨਸਾ ਬਸ ਵੀ ਤੂੰ ਜਾ ਕੇ ਸੰਗਰੂਰ ਨੀ ਯਾਰ ਤੈਨੂੰ ਹੁਣ ਕਿੱਥੇ ਆਵੇ ਖਿਡਾਰੀ ਨੇ ਕਦੇ ਆਪਣੇ ਨੇਮੇ ਕਰ ਦਿੱਤਾ ਖੇਡ ਦੇ ਮੈਦਾਨ ਦੇ ਵਿੱਚ। ਲੈ ਤਗੜਾ ਹੋਇਆ ਸ਼ੇਖਪੁਰੇ ਵਾਲਿਆ, ਜੇ ਕਬੱਡੀ ਜਿੱਤਣੀ ਆ ਕਹਿੰਦੇ ਚੱਪੇ ਲਾਉਣੇ ਪੈਂਦੇ ਆ, ਜੇ ਕ੍ਰਿਕਟ ਜਿੱਤਣੀ ਆ ਕਹਿੰਦੇ ਛੱਕੇ ਚੌਕੇ ਲਾਉਣੇ ਪੈਂਦੇ ਆ, ਜੇ ਕ੍ਰਿਕਟ ਜਿੱਤਣੀ ਆ ਕਹਿੰਦੇ ਛੱਕੇ ਚੌਕੇ ਲਾਉਣੇ ਪੈਂਦੇ ਆ। ਬਹੁਤ ਤਗੜਾ ਮੇਰੀ ਗੱਲ ਬਣਨੀ ਆ, ਸਮੇਂ ਟੱਕਰ ਕਹਿੰਦੇ ਬਰਾਬਰ ਦੀ ਹੈ ਮੇਰੇ ਮਿੱਤਰੋ। ਮਾਰੇ ਤੇ ਸ਼ਾਵਾ ਚੱਲ ਦੋ ਆ ਗਏ, ਦੋ ਆ ਗਏ, ਦੋ ਆ ਗਏ। ਕਿੰਨੇ ਹੋ ਗਏ ਬਈ ਕਾਲੇ ਬਈ, ਕਿੰਨੇ ਹੋ ਗਏ? 28 ਹੋ ਗਏ, 28 41 ਰਹਿ ਗਏ ਲਾਲੀ। ਲਓ ਸਾਹਮਣੇ ਹੋਣਗੇ ਚਰਜੇ, 28 ਬਣ ਗਏ ਆ, 28 ਬਣ ਗਏ ਆ। ਲਓ ਸਾਹਮਣੇ ਚਰਜੇ ਹੁੰਦੇ ਆ, 28 ਬਣ ਗਏ ਆ, ਗਿਲ 41 28 ਬਣ ਗਏ ਆ। ਕੋਈ 28 ਕਹਿੰਦਾ ਤੇ ਚਰਚੇ ਹੁੰਦੇ ਵੀ ਲੱਕ 28 ਕੁੜੀ ਤਾਂ 47 ਡੇਟ ਕੁੜੀ ਦਾ। ਗੀਤਾਂ ਦੇ ਵਿੱਚ ਵੀ ਕਹਿੰਦੀ 28 ਦੇ ਚਰਚੇ ਕਹਿੰਦੇ ਦਲਜੀਤ ਨੇ ਕੀਤੇ ਆ, ਪਰ ਪਾਲ ਪਾਲ ਦੇ ਕਹਿੰਦੇ ਸਾਹਮਣੇ ਖਿਡਾਰੀ ਕਹਿੰਦੇ ਤਿਆਰ ਹੈ, ਆਹ ਮਲਕਾਣੇ ਦੀ ਧਰਤੀ ਆ। ਲਓ ਸਾਹਮਣੇ ਕਹਿੰਦੇ ਮੁੰਡੇ ਬੱਲੇ ਬੱਲੇ ਕਹਿੰਦੇ ਕਰਵਾਉਂਦੇ ਆ। ਲੈ ਵੀ ਬਈ ਯਾਰ ਖਿੱਚ ਕੇ ਰੱਖੇ ਕੰਮ ਆਪਾਂ। ਓਹੋ ਕਿੰਨੇ ਕਿਤੇ ਰਹਿ ਗਏ ਹੋਏ ਹੁਣ? 43 ਰਹਿ ਗਏ, ਹੁਣ ਤਾਂ ਕੁਝ ਵੀ ਨਹੀਂ। ਤਿੰਨ ਚ ਸੈਮੀਫਾਈਨਲ ਮੈਚ ਬੈਰਿੰਗ ਮਾੜੇ ਦੇਖ ਕੇ ਕਰਨੀ ਪਊਗਾ, ਮਾੜੀ ਮਾੜੀ ਗੱਲ ਵਿੱਚ। ਲਓ ਸਾਹਮਣੇ ਬੱਲੇ 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 ਕਹਿੰਦੇ ਗੌਰਵ ਵੱਡੀ ਗਲਤੀ ਕਰ ਬੈਠਾ ਹੈ, ਅੱਜ ਇੱਥੇ ਰੌਣਕ ਹੈ। ਕੱਲ ਨੂੰ ਕਹਿੰਦੇ ਨਨਾਮਪੁਰ ਪਿੰਡ ਆ ਚੰਨੋ ਦਾ ਇਲਾਕਾ ਹੈ ਜਿਹਦੇ ਸੰਗਰੂਰ ਦੀ ਗੱਲ ਕਹਿੰਦੇ ਹੋਣੀ ਹੈ। ਕੱਲ ਨੂੰ ਕਹਿੰਦੇ ਨਨਾਮਪੁਰ ਦਾ ਵੱਡਾ ਮੇਲਾ ਖੇਡਿਆ ਜਾਵੇਗਾ, ਐਨ ਸਵਾਦ ਵਧਿਆ ਹੋਇਆ ਹੈ, ਰੋਡ ਵੇਖ ਲਾ ਵੀ ਪੁੱਠਾ ਮੁੜ ਕੇ ਝਾਕਦਾ ਹੈ, ਐਨ ਕਹਿੰਦਾ ਵੀ ਹੁਣ ਤੇ ਮਾਰਕੀਟ ਡਾਊਨ ਹੈ, ਆਧਾਰ ਕਾਰਡ ਪਾਇਆ ਹੋਇਆ ਹੈ। ਪਾਸੇ ਹੋ ਜਾ ਬਾਈ ਯਾਰ, ਕਾਲੇ ਬਾਈ ਉਹ ਯਾਰ ਉਹਨਾਂ ਦਾ ਹੱਲ ਕਰ ਕੋਈ ਵੀਰ ਬਣ ਕੇ, ਰੌਲਾ ਪਊਗਾ ਉੱਥੇ ਮੈਨੂੰ ਪਤਾ ਹੈ। ਸ਼ਮਸ਼ਾਨ ਘਾਟ ਚ ਕਿੰਨੀ ਜਗ੍ਹਾ, ਉੱਧਰ ਬਹਿ ਜਾਓ ਵੀਰ ਬਣ ਕੇ, ਜਾ ਇਕੱਠੇ ਜਾਓ ਕੇ ਬਹਿ ਜਾਓ, ਉੱਧਰੋਂ ਬਰਲੇ ਪਾਸੇ ਮੋਹਰ ਦੇ ਥੱਲੇ ਬਹਿ ਜਾਓ, ਕੋਈ ਗੱਲ ਨੀ ਅੰਨੀ ਆ ਕੰਧ ਤੇ ਬਹਿ ਜਾਓ। ਪਤਾ ਗੱਲ ਕੀ ਆ, ਮੈਚ ਹੈਗਾ ਸੈਮੀ ਫਾਈਨਲ, ਜੇ ਕਿਤੇ ਇੱਥੇ ਰੌਲਾ ਪੈ ਗਿਆ ਪਾਣੀ ਦਿੰਦਾ ਤੈਨੂੰ।
ਕੁਲਦੀਪ ਨੂੰ ਜਿੱਦਾਂ ਉਹਨੂੰ ਫਿਰਦੇ ਆ ਐਨ ਕਹਿੰਦੇ ਚਰਚੇ ਸੁਣਦੇ ਆ ਕੁਲਦੀਪ ਨੂੰ ਜਿੱਦਾਂ ਉਹਨੂੰ ਫਿਰਦੇ ਆ ਐਨ ਕਹਿਣਾ ਵੀ ਐਨ ਬੱਲੇ ਬੱਲੇ ਕਰਾ ਦੇਣੀ ਹੈ ਲਓ ਸਾਹਮਣੇ ਬਾਲ ਪਾ ਦੇ ਕਹਿੰਦੇ ਤਿਆਰ ਹੈ ਖੇਡ ਦੇ ਗਰਾਊਂਡ ਦੇ ਵਿੱਚ ਮੇਰੇ ਮਿੱਤਰਾਂ ਬੱਲੇ ਬੱਲੇ ਗਿੱਲ ਕਹਿੰਦੇ ਟਰਾਈ ਕਰਦਾ ਹੈ ਪਰ ਬਾਲ ਕਹਿੰਦੇ ਟੌਪ ਦੀ ਪਾਈ ਆ ਵੀ ਕਾਹਦਾ ਕਰਦਾ ਇਹ ਮਾਣ ਇੱਥੇ ਚੜਦੇ ਵੀ ਖੜੇ ਆ ਰੱਬ ਜੋ ਕਹਾਉਂਦੇ ਸੀ ਉਹ ਰੱਬ ਹੱਥੋਂ ਮਰੇ ਆ ਜਿਹੜੇ ਬਾਹਰੇ ਹਵਾ ਚੁੜਦੇ ਸੀ ਉਹ ਮਾਨਸਾ ਮਿੱਠੂ ਕੁਵਾਰੀ ਦੇ ਖੜੇ ਆ ਜਿਹੜੇ ਬਾਹਰੇ ਹਵਾ ਚੁੜਦੇ ਸੀ ਉਹ ਮਾਨਸਾ ਮਿੱਠੂ ਕੁਵਾਰੀ ਦੇ ਖੜੇ ਆ ਆਹ ਕਹਿੰਦੇ ਚੱਟਾ ਬੜਾ ਲਿਖਦਾ ਕਹਿੰਦੇ ਚੱਟੇ ਮਿੱਠੂ ਕੁਵਾਰੀ ਦੇ ਹੁੰਦੇ ਆ ਆਹ ਕਹਿੰਦੇ ਪੈਂਦੀ ਵਾਲ ਮੇਰੇ ਮਿੱਤਰ ਗਿੱਲ ਛੱਡਣਾ ਢਿੱਲ ਤੇ ਹੋਜੂ ਕੰਮ ਔਰ ਸਾਹਮਣੇ ਦਰੌਖਾ ਹੋਜੂ ਕੰਮ ਔਖਾ ਔਰ ਕਹਿੰਦੇ ਟੌਪ ਦੇ ਜਿਹੜੀ ਕਹਿੰਦੇ ਕੜਾਈ ਨੇ ਪਾਈ ਆ ਖੇਡ ਦੇ ਗਰਾਊਂਡ ਦੇ ਵਿੱਚ ਵੀ ਦੁਸ਼ਮਣ ਦੇ ਨਾਲ ਪੰਗਾ ਲਈਏ ਮੁੜਕੇ ਨਾ ਢਿੱਲੇ ਪਈਏ ਔਰ ਨੱਕ ਫਿੱਚ ਦਮ ਕਰਕੇ ਰਹੀਏ ਐਵੇਂ ਕੋਈ ਨਿਆਉਂਦਾ ਨੀ ਇੱਕ ਵਾਰੀ ਨੰਗਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਇੱਕ ਵਾਰੀ ਨੰਗਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਔਰ ਸਾਹਮਣੇ ਪੈਂਦੀ ਵਾਲ ਇੱਕ ਵਾਰੀ ਫੇਰ ਆ ਨੀ ਛੱਡਦਾ ਇਹਦਾ ਕਾਦੀ ਕਹਿੰਦੇ ਮੈਨੂੰ ਗੱਡੀ ਜਿੱਦਾ ਕੰਮ ਕਹਿੰਦੇ ਵੱਡੇ ਵੱਡੇ ਕਰ ਜਾਂਦਾ ਹੈ ਇਹਦਾ ਕਾਦੀ ਕਹਿੰਦੇ ਸਿਲੰਡਰ ਜਿੱਦਾ ਕੰਮ ਵੱਡੇ ਵੱਡੇ ਕਰ ਜਾਂਦਾ ਹੈ ਗੱਲਾਂ ਟਕਾਣੀ ਟਕਾਣੀ ਦੀ ਟੀਮ ਮੈਨੂੰ ਲੱਗਦਾ ਜਿੱਤੂਗੀ ਜਿੱਤਣਗੇ ਜਿਹੜੇ ਸ਼ੇਖਪੁਰ ਵਾਲੀ ਚੱਲਦੀ ਆ ਸਲੀਮ ਹੋ ਜਾ ਕੇ ਤਗੜਾ ਪਿੰਡ ਵਾਲਿਆਂ ਨੂੰ ਕਹਿ ਦੇ ਹੋ ਜੋ ਤਗੜੇ ਜੇ ਮੈਚ ਜਿੱਤਣਾ ਹੈ ਲਾਉਣੀਆਂ ਪੈਣੀਆਂ ਨੇ ਗੱਲਾਂ ਟਕਾਣੀ 13 ਵਾਲਾ 37 ਰਹਿ ਗਿਆ ਬਾਈ 37 13 ਚ ਬੰਦਾ ਬੱਲੇ ਬੱਲੇ ਕਰਵਾ ਰਹੇ ਆ ਉਧਰ 12-13 ਤਰੀਕੇ ਕਹਿੰਦੇ ਕੁਲਟਰੀਆਂ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਆਉਣਾ ਕਿਤੇ ਖੇਡ ਕ੍ਰਿਕਟ ਦਾ 12-13 ਕੁਲਟਰੀਆਂ ਦੇ ਵਿੱਚ ਰੌਣਕਾਂ ਨੇ 14 ਤਰੀਕ ਕਹਿੰਦੇ ਮੌੜ ਕਲਾਂ ਦੀ ਧਰਤੀ ਹੋਣੀ ਆ ਜਿਹਦੇ ਪੁੱਠੇ ਦੇ ਵਿੱਚ 15 ਤਰੀਕ ਨੂੰ ਕਹਿੰਦੇ ਸਕੂਲਾਂ ਦੇ ਵਿੱਚ ਰੌਣਕਾਂ ਲੱਗਣਗੀਆਂ 15 ਤਰੀਕ ਨੂੰ ਕਹਿੰਦੇ ਸਕੂਲਾਂ ਚ ਰੌਣਕਾਂ ਲੱਗਣਗੀਆਂ ਕੀ ਬਣਦਾ ਕੀ ਜੁੜਦਾ ਸਾਹਮਣੇ 16-20 ਤਰੀਕ ਬਿਲਕੁਲ ਪਿੰਡ ਦੇ ਵਿੱਚ ਮੇਲਾ ਖੇਡਿਆ ਜਾਵੇਗਾ 16-20 ਅਕਤੂਬਰ ਕਹਿੰਦੇ ਅੱਕਾਂ ਵਾਲੀ ਦਾ ਮੇਲਾ ਹੋਣਾ ਹੈ ਕਿੰਨੇ ਬਣ ਗਏ ਬਾਈ 38 ਬਣ ਗਏ ਬਣਾਉਣੇ ਕਿੰਨੇ 70 70 ਬਣਾਉਣੇ ਆ ਸਿੱਧੂ ਮੂਸੇਵਾਲੇ ਦੀਆਂ ਕਹਿੰਦੇ ਯਾਦਾਂ ਰਹੀਆਂ ਨੇ ਮੇਰੇ ਮਿੱਤਰ ਵੱਡਾ ਸਿੰਗਰ ਹੋਇਆ ਜਿਹਨੇ ਮਾਨਸਾ ਦਾ ਤਗੀਰਾਂ ਭੱਲੇ ਬੱਲੇ ਬੱਲੇ ਹੁਣ ਡਿੱਗੀ ਆ ਥੱਲੇ ਲਈ ਖੰਡ ਦੇਖ ਲਾ ਹਲਕਾ ਦਲਕਾ ਐ ਹੁੰਦਾ ਜਿਵੇਂ ਤੀਰ ਵਾਲੇ ਧੋਰ ਤੇ
ਕਬੂਤਰਬਾਜੀ ਦੇ ਵਿੱਚ ਬਹਿ ਗਿਆ ਹੈ। ਹੁਣ ਕਬੂਤਰਬਾਜੀ ਦੇ ਵਿੱਚ ਨਾ ਚੱਲਦਾ ਹੈ। ਲਓ ਸਾਹਮਣੇ ਪੈਂਦੀ ਲਾਲ, ਬੱਲੇ 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 ਆਓ ਸਾਹਮਣੇ ਨਿਬੜੀ ਨੀ ਮੇਰੇ ਮਿੱਤਰ। ਅੱਖਾਂ ਦੇ ਆਗੇ ਜਦੋਂ ਗੱਲ ਖੜ ਜਾਵੇ ਜੱਟ ਫੇਰ ਵਰਤਾਉਂਦੇ ਨਹੀਂ। ਖੈਰ ਬੱਲੇ ਆ, ਅੱਖਾਂ ਦੇ ਆਗੇ ਜਦੋਂ ਗੱਲ ਖੜ ਜਾਵੇ ਜੱਟ ਫੇਰ ਵਰਤਾਉਂਦੇ ਨਹੀਂ। ਖੈਰ ਬੱਲੇ ਆਏ ਤਾਂ ਪਹਿਲੀ ਵਾਰ ਬੱਲੇ ਕਰਤਾ ਪਾਸੇ ਜਿਹਨੇ ਫਿਰੋਜ਼ਪੁਰ ਚੋਂ ਕਿਸਾਨਾਂ ਨੇ ਮੋਦੀ ਪਾਸੇ ਕਰਿਆ ਸੀ ਔਰ ਕਰਤਾ ਪਾਸੇ ਇਹ ਖਿਡਾਰੀ ਕਹਿੰਦੇ ਉਹ ਕਿਉਂਕਿ ਵਾਪਸ ਹੈ। ਆਓ ਜੀ ਅਗਲਾ ਖਿਡਾਰੀ ਜਲਦੀ ਦੇ ਨਾਲ ਨੌ ਬਾਲ ਇੱਕੀ ਰਹਿ ਗਏ ਬਾਈ ਇਹ ਆ ਗਿਆ ਨਹੀਂ ਭੱਜ ਗਏ ਨੌਜਵਾਨਾਂ ਤਿੰਨ ਪਏ ਆ ਗਏ ਸਾਲਾ ਲਾਸਟ ਦਾ ਇੱਕ ਤਾਂ ਉਹ ਖੜਾ ਮਾਨ ਡਾਂਡੇ ਬਣੇ ਕਾਜ ਵਾਗ ਦਾ ਖੜਾ ਇੱਥੇ ਉਹ ਕਿਤੇ ਕਿ ਜਵਾਬ ਦੇਣੇ ਤੇਰੀ ਗੇਂਦ ਰੋਕੀ ਸੀਗੀ ਲਾਓ ਸਾਹਮਣੇ ਪਰ ਮਲਕਾਣਿਆ ਆ ਵਰਨੇ ਮੈਚ ਖੋਲਦਾ ਨੌਜਵਾਨਾਂ ਵਰਨੇ ਮੈਚ ਖੋਲਦਾ ਨੌਜਵਾਨਾਂ ਲਾਓ ਸਾਹਮਣੇ ਕਰਾਤੀ ਆ ਬੱਲੇ ਬੱਲੇ ਲਾਓ ਸਾਹਮਣੇ ਕਰਾਤੀ ਆ ਕਹਿੰਦੇ ਬੱਲੇ ਬੱਲੇ ਨੈਕਸਟ ਮੈਚ ਦੀਆਂ ਟੀਮਾਂ ਆਓ ਜੀ ਗਰਾਊਂਡ ਦੇ ਲਾ ਕੇ ਵੀਰਪੁਰ ਤੇ ਛੇ ਜੁੜ ਗਏ ਆ ਸੱਤ ਵਾਲਾ ਨੌ ਰਹਿ ਗਏ ਵੱਡੀ ਗਲਤੀ ਕੀਤੀ ਆ ਛੇ ਜੁੜ ਗਏ ਆ ਵੱਡੀ ਗਲਤੀ ਕੀਤੀ ਆ ਤੇ ਹਰਪ੍ਰੀਤ ਕਿਹੜਾ ਗੁੱਸੇ ਦੇ ਵਿੱਚ ਆ ਮੈਚ ਖੋਲਤਾ ਲਓ ਸਾਹਮਣੇ ਕਿਹਦੇ ਮੁੰਡਾ ਲਓ ਸ਼ੇਖਪੁਰੇ ਪਿੰਡ ਦਾ ਤਿਆਰ ਵਰ ਧਿਆਨ ਹੈ ਲਾਲੀ ਵਰਗੇ ਕਹਿੰਦੇ ਵੱਡੀ ਟੀਮ ਬਣਾਉਂਦੇ ਆ ਸਲੀਮ ਹੋਰਿਆਂ ਦਾ ਨਾਂ ਵੱਡਾ ਲਓ ਪੈਂਦੀ ਵਾਲ ਇੱਕ ਵਾਰੀ ਫੇਰ ਆਓ ਸਾਹਮਣੇ ਖੇਡਿਆ ਸ਼ਾਟ ਤੇ ਰਨ ਕਹਿੰਦੇ ਸਿੰਗਲ ਕਿੰਨੀਆਂ ਬਾਲਾਂ ਰਹਿ ਗਈਆਂ ਨਵੀ ਕਿੰਨੇ ਸਕੋਰ ਚ ਬਾਕੀ ਆ ਛੇ ਬਾਲਾਂ ਅੱਠ ਆਹ ਓਵਰ ਚ ਕਿੰਨੇ ਲੱਗੇ ਆ ਤੇਈ ਆ ਗਏ ਤੇਈ ਲੱਗ ਗਿਆ ਓਵਰ ਚ ਕਿੱਥੇ ਸੀ ਮੈਚ ਪਹਿਲਾਂ ਐਂ ਲੱਗਦਾ ਸੀਗਾ ਵੀ ਮਲਕਾਣਾ ਜਿੱਤੂ ਹੁਣ ਐਂ ਲੱਗਦਾ ਗਾ ਵੀ ਸ਼ੇਖਪੁਰਾ ਜਿੱਤੂਗੀ ਮੈਚ ਕਹਿੰਦੇ ਬੜਾ ਤਕੜਾ ਹੈ ਪਹਿਲਾ ਸੈਮੀ ਫਾਈਨਲ ਜਿਹੜਾ ਕਹਿੰਦੇ ਸਮਾਪਤੀ ਦੇ ਵੱਲ ਹੈ ਦੂਜੇ ਸੈਮੀ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਲਾਗੇ ਆ ਜਾਣ
ਪੀਰ ਵਾਲਾ ਜੱਟਾ ਪਿੰਡ ਹੈ ਕਹਿੰਦੇ ਜਿਹੜੇ ਮਾਨਸਾ ਦਾ ਐਨ ਕਹਿੰਦੇ ਖਿਡਾਰੀਆਂ ਦੀ ਧਰਤੀ ਆ ਬਾਬੇ ਸੁੰਦਰਪੁਰੀ ਦੀ ਕਹਿੰਦੇ ਵੱਡੀ ਕਿਰਪਾ ਹੈ ਲੰਗਰ ਜਿਹੜਾ 3 ਵਜੇ ਤੱਕ ਹੀ ਚੱਲੇਗਾ ਉਹ ਸਾਰੇ ਖਿਡਾਰੀ ਨੋਟ ਕਰ ਲੈਣ ਲਓ ਸਾਹਮਣੇ ਬਾਲਕ ਨੇ ਤੋਹ ਦੀ ਰਾਜਾ ਰਾਜਾ ਇੱਕ ਲੱਦੂ ਵਾਸੀਆਂ ਮਸ਼ਹੂਰ ਹੋਇਆ ਹੈ ਇੱਕ ਰਾਜਾ ਕਹਿੰਦੇ ਪੜਾਰ ਦੋਨੇ ਦਾ ਬੰਦਾ ਕਪੂਰਥਲੀਆ ਤਕੜਾ ਖੇਡਿਆ ਹੈ ਆਹ ਰਾਜੇ ਦੀ ਕਹਿੰਦੇ ਚੜ੍ਹਤਾ ਹੈ ਚੜ੍ਹਾਈ ਹੈ ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਇਹ ਆ ਰਾਜਾ ਕਹਿੰਦੇ ਬੁਰਜ ਢਲਵਾਲੇ ਰਾਜੇ ਦਾ ਜ਼ਿਕਰ ਹੋਇਆ ਆਓ ਭਗੀ ਗੱਲ ਲਵੇ ਦੋ ਰਹਿ ਗਏ ਦੋ ਰਹਿ ਗਏ ਲਓ ਸਾਹਮਣੇ ਦੋ ਰਹਿ ਗਏ ਦੋ ਰਹਿ ਗਏ ਆ ਲਓ ਸਾਹਮਣੇ ਰਾਜਾ ਕਹਿੰਦੇ ਵਾਲ ਪਾਉਣ ਦੇ ਲਈ ਬਲਕਾਣੇ ਵਾਲਾ ਕਹਿੰਦੇ ਫੇਰ ਆਓ ਸਾਹਮਣੇ ਰਾਜਾ ਕਹਿੰਦੇ ਬਲਕਾਣੇ ਵਾਲਾ ਕਹਿੰਦੇ ਵਾਲਾਂ ਪਾਉਂਦਾ ਹੈ ਨੰਬਰਦਾਰ ਮਾਨ ਕਰਦਾ ਇੱਕ ਰਹਿ ਗਿਆ ਹੁਣ ਇੱਕ ਰਹਿ ਗਿਆ ਬਹੁਤ ਵੱਡਾ ਕਹਿੰਦੇ ਧੰਨਵਾਦ ਮਲਕਾਣੀ ਦੀ ਬੜਾ ਤਕੜਾ ਖੇਡੇ ਵੀਰਪੁਰੀਆ ਕੁਲਦੀਪ ਵੋਟਾਂ ਤੇ ਖੜਾ ਹੋ ਗਿਆ ਕਹਿੰਦਾ ਸਰਪੈਂਚੀ ਦੀ ਚੋਣ ਸਾਡੇ ਨੂੰ ਬਹਿਸ ਮਾਪਦਾ ਪਹੁੰਚ ਗਈ ਫਾਈਨਲ ਚ ਸ਼ੇਖਪੁਰੇ ਦੀ ਹਾਲ ਵੀ ਸ਼ੇਖਪੁਰੇ ਦਾ ਹੁਣ ਠੰਡਾ ਦੱਤਾ ਮਗਾ ਦੇ ਹੁਣ ਜਾਣ ਛੁੱਟੀ ਆ ਹੁਣ ਠੰਡਾ ਦੱਤਾ ਮਗਾ ਦੇ ਨੌਜਵਾਨਾਂ ਮੁਬਾਰਕਬਾਦ ਲਈ ਸਲੀਮ ਮੁੰਡੇ ਬੜਾ ਤਕੜਾ ਖੇਡਿਆ ਤੇ ਬਹਿਜਾ ਬਹਿਜਾ ਕਰਵਾਈ ਆ